بسم الله الرحمن الرحيم. ਸਾਹਿਬ ਹਜ਼ਰਤ ਦੋਸਤੋ ਬਜ਼ੁਰਗੋ ਸਾਥੀਓ ਅੱਲਾਹ ਦੇ ਕੁਰਾਨ ਵਿੱਚੋਂ ਬਾਬੇ ਬਾਦ ਫਰਮਾਨ ਵਿੱਚੋਂ ਮੁਕੱਦਸ ਸਾਹਿਬ ਕਰੀਮਾ ਤਿਲਾਵਤ ਕੀਤੀ ਹੈ। ਅੱਲਾਹ ਦਾ ਫਰਮਾਨ ਬਾਬਾ ਰੱਬੂ ਖਾ ਅੱਲਾ ਤਾਬੂ ਇਲਾ ਇਯਾਹੂ ਬਾਬੇ ਮਾਲੇ ਗਈ ਨੇ ਇਨਸਾਨਾ ਅੱਲਾਹ ਰੱਬੁਲ ਆਲਮੀਨ ਨੇ ਅਰਸ਼ਾਦ ਫਰਮਾਇਆ ਤੁਹਾਡਾ ਰੱਬ ਹੁਕਮ ਪਿਆ ਕਰਦਾ ਹੈ, ਉਹਦੇ ਤੋਂ ਸਿਵਾ ਕੋਈ ਇਬਾਦਤ ਹਦਾਇਤ ਨਹੀਂ, ਨਾ ਉਸ ਤੋਂ ਸਿਵਾ ਕਿਸੇ ਦੀ ਇਬਾਦਤ ਕਰਨੀ ਚਾਹੀਦੀ, ਨਾ ਕਿਸੇ ਦੀ ਇਬਾਦਤ ਕਰੋ। ਹਾਂ, ਆਪਣੇ ਵਾਲਿਦੈਨ ਦੇ ਨਾਲ ਉਸਨੇ ਸਲੂਕ ਦੇ ਨਾਲ ਪੇਸ਼ ਆਓ, ਆਪਣੇ ਵਾਲਿਦੈਨ ਦੇ ਨਾਲ ਮੁਹੱਬਤ ਕਰੋ, ਆਪਣੇ ਵਾਲਿਦੈਨ ਦੀ ਇੱਜ਼ਤ ਕਰੋ। ਅੱਲਾਹ ਰੱਬੁਲ ਆਲਮੀਨ ਦੇ ਕੁਰਾਨ ਵਿੱਚੋਂ ਰੱਬ ਦੇ ਪਾਕ ਫਰਮਾਨ ਵਿੱਚੋਂ ਰਿਵਾਇਤ ਮੁਕੱਦਸਾ ਦੀ ਹਦਦ ਕੀਤੀ ਹੈ। ਅੱਜ ਦਾ ਮੇਰਾ ਮੌਜੂ ਅਜ਼ਮਤ ਵਾਲਦ ਮੁਹਤਰਮ ਹੈ। ਅੱਲਾਹ ਰੱਬੁਲ ਆਲਮੀਨ ਨੇ ਇਰਸ਼ਾਦ ਫਰਮਾਇਆ ਕਿ ਬਾਬੇ ਵਾਲਿਦੈਨ ਦੇ ਅਹਿਸਾਸ ਆ, ਆਪਣੇ ਵਾਲਿਦੈਨ ਦੇ ਨਾਲ ਅੱਛਾ ਸਲੂਕ ਕਰੋ, ਮੁਹੱਬਤ ਕਰੋ, ਉਹਨਾਂ ਦੇ ਨਾਲ ਅਹਿਸਾਸ ਕਰੋ। ਅਹਿਸਾਸ ਤੋਂ ਬਣਾਉਂਦੇ ਨੇ ਕਿ ਉਹਨਾਂ ਨੂੰ ਚੰਗਾ ਕੱਪੜਾ ਲੈ ਕੇ ਦੇ ਦਿੱਤਾ, ਚੰਗੀ ਜੁੱਤੀ ਲੈ ਕੇ ਦੇ ਦਿੱਤੀ ਅਤੇ ਆਖਿਆ ਲਓ ਜੀ ਅਸੀਂ ਤੁਹਾਡੇ 'ਤੇ ਬੜਾ ਵੱਡਾ ਅਹਿਸਾਸ ਕਰ ਛੱਡਿਆ। ਬਲਕਿ ਇਹ ਵੀ ਫਰਮਾਇਆ, ਬਲਕਿ ਇਹ ਆਖਿਆ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਅਹਿਸਾਸ ਕਰੋ ਕਿ ਉਹਨਾਂ ਦੇ ਹੱਥ ਚੁੰਮੋ, ਉਹਨਾਂ ਦੇ ਕਦਮ ਚੁੰਮੋ ਔਰ ਆਪਣੇ ਤੋਂ ਬਿਹਤਰ ਉਹਨਾਂ ਨੂੰ ਖਾਣਾ ਖਿਲਾਓ। ਕਿਉਂਕਿ ਜਦੋਂ ਤੂੰ ਛੋਟਾ ਸੀ ਉਸ ਵਕਤ ਅੱਲਾਹ ਰੱਬੁਲ ਆਲਮੀਨ ਨੇ ਉਹਨਾਂ ਨੂੰ ਹਿੰਮਤ ਦਿੱਤੀ ਸੀ, ਦੇਖੋ ਕੋਈ ਹਿੰਮਤ ਨਹੀਂ ਸੀ ਦਿੱਤੀ, ਤੂੰ ਰੋ ਕੇ ਮੰਗਦਾ ਸੀ ਤੇਰੇ ਵਾਲਿਦੈਨ ਤੇਰੇ ਪਤਾ ਕਰਦੇ ਸਨ, ਤੈਨੂੰ ਅੱਛਾ ਲਿਬਾਸ, ਅੱਛਾ ਖਾਣਾ, ਅੱਛਾ ਪਹਿਰਨਾ, ਹਰ ਚੀਜ਼ ਅੱਛੀ ਦਿੰਦੇ ਸਨ। ਇਸ ਵਾਸਤੇ ਕਿ ਪਹਿਲੇ ਤੇਰੇ ਦੇ ਵਕਤ ਸੀ, ਹੁਣ ਉਹਨਾਂ ਦੇ ਵਕਤ ਆ ਗਿਆ ਕਿ ਤੂੰ ਉਹਨਾਂ ਦੀ ਤਾਬੇਦਾਰੀ ਕਰੇ, ਤੂੰ ਉਹਨਾਂ ਦੀ ਖਿਦਮਤ ਕਰੇ। ਹੁਣ ਤੇਰਾ ਹੱਕ ਪਿਆ ਬਣਦਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਤੈਨੂੰ ਇੱਜ਼ਤ ਦਿੱਤੀ ਸੀ, ਤੂੰ ਉਹਨਾਂ ਨਾਲ ਵੱਧ ਕੇ ਉਹਨਾਂ ਨੂੰ ਇੱਜ਼ਤ ਦੇ। ਆਓ ਕਮਰੇ ਵਾਲੇ ਦੇ ਦੀਵਾਨਿਓ, ਅੱਜ ਲੋਕ ਆਪਣੇ ਵਾਲਿਦੈਨ ਨੂੰ ਅੱਛਾ ਨਹੀਂ ਸਮਝਦੇ, ਮਾਂ ਬਾਪ ਨੂੰ ਅੱਛਾ ਨਹੀਂ ਸਮਝਦੇ। ਅਗਰ ਵਾਲਿਦ ਤੇ ਬਿਮਾਰ ਹੈ ਤੇ ਅੰਦਰ ਲੋਕ ਨੂੰ ਬਿਮਾਰ ਹੋ ਗਿਆ, ਅਸੀਂ ਇਹਨੂੰ ਕੀ ਕਰੀਏ, ਕਿੱਥੇ ਲੈ ਕੇ ਜਾਈਏ? ਅਤੇ ਬੰਦੇ ਆ ਖੁਦਾ ਕਰੀਏ, ਤੂੰ ਵੀ ਸੋਚਿਆ ਕਿ ਜਿਸ ਵਕਤ ਤੇਰੇ ਤੇ ਵਕਤ ਸੀ, ਤੂੰ ਬਿਮਾਰ ਹੁੰਦਾ ਸੀ, ਤੇਰੇ ਵਾਲਿਦੈਨ ਸਾਰੀ ਸਾਰੀ ਰਾਤ ਤੇ ਸੌਂਦੇ ਗਏ ਸਨ, ਨਾ ਮਾਂ ਸੌਂਦੀ ਸੀ ਨਾ ਬਾਪ ਸੌਂਦਾ ਸੀ, ਕਦੀ ਬਾਪ ਨੇ ਤੇਰੇ ਫੜ ਲੈਣਾ, ਕਦੀ ਤੇਰੀ ਮਾਂ ਨੇ ਤੇਰੇ ਫੜ ਲੈਣਾ। ਹੁਣ ਤੂੰ ਆਪਣੀ ਬੀਵੀ ਦੇ ਪਿੱਛੇ ਲਾ ਕੇ ਆਪਣੇ ਵਾਲਿਦੈਨ ਤੇ ਉਹ ਘਰੋਂ ਕੱਢਣ ਦੀ ਤਿਆਰੀ ਪਿਆ ਕਰਦਾ ਹੈ, ਕਦੀ ਉਹਨੇ ਘਰੋਂ ਨਿਕਲ ਜਾਓ, ਇਸ ਤਰ੍ਹਾਂ ਕਰ ਲਓ। ਆਹ ਕਬਰੀ ਵਾਲਿਦੈਨ ਦੀ ਗੱਲ ਨੂੰ ਜ਼ਰਾ ਖਿਆਲ ਕਰ, ਅੱਜ ਤੂੰ ਆਪਣੇ ਵਾਲਿਦੈਨ ਦੇ ਨਾਲ ਜੋ ਕਰੇਗਾ ਕੱਲ ਉਹ ਤੇਰੇ ਨਾਲ ਵੀ ਹੋਏਗਾ। ਅੱਜ ਅਗਰ ਤੂੰ ਅੱਛਾ ਬੀਜ ਬੋਝੇਗਾ ਤਾਂ ਅੱਛੀ ਫਸਲ ਕੱਢੇਗਾ, ਅੱਜ ਅਗਰ ਆਪਣੇ ਵਾਲਿਦੈਨ ਦੇ ਨਾਲ ਤੂੰ ਬੁਰਾ ਪੇਸ਼ ਆਏਗਾ, ਕੱਲ ਤੇਰੀ ਔਲਾਦ ਤੇਰੇ ਨਾਲ ਬੁਰਾ ਪੇਸ਼ ਆਏਗੀ। ਇਸ ਵਾਸਤੇ ਕਿ ਸਾਨੂੰ ਚਾਹੀਦਾ ਕਿ ਅਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਸੁਨਨਤ ਤੇ ਅਮਲ ਕਰਦਾ ਹੋਇਆ ਆਪਣੇ ਵਾਲਿਦੈਨ ਦੇ ਨਾਲ ਅੱਛਾ ਸਲੂਕ ਕਰੀਏ, ਆਪਣੇ ਵਾਲਿਦੈਨ ਨੂੰ ਅੱਛਾ ਸਮਝੀਏ, ਉਹਨਾਂ ਨੂੰ ਇੱਜ਼ਤ ਦਈਏ। ਆਹ ਕਬਰੀ ਵਾਲਿਦੈਨ ਦੀ ਗੱਲ ਹੋ, ਅਗਰ ਅੱਜ ਤੂੰ ਆਪਣੇ ਵਾਲਿਦੈਨ ਨੂੰ ਧੱਕਾ ਦੇਵੇਂਗਾ ਕੱਲ ਤੇਰੀ ਔਲਾਦ ਤੈਨੂੰ ਧੱਕਾ ਦੇਵੇਗੀ, ਅੱਜ ਅਗਰ ਤੂੰ ਆਪਣੇ ਵਾਲਿਦੈਨ ਦੇ ਨਾਲ ਬੁਰਾ ਸਲੂਕ ਕਰੇਗਾ ਕੱਲ ਤੇਰੀ ਔਲਾਦ ਤੇਰੇ ਨਾਲ ਬੁਰਾ ਸਲੂਕ ਕਰੇਗੀ। ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਅੱਲਾਹ ਰੱਬੁਲ ਆਲਮੀਨ ਦੇ ਸੋਹਣੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਸੁਨਨਤ ਤੇ ਅਮਲ ਕਰਦੇ ਹੋਈਆਂ
ਆਪਣੇ ਵਾਲਿਆਂ ਦੀ ਇੱਜ਼ਤ ਕਰੀਏ, ਨਬੀ ਪਾਕ ਦੀ ਪਾਕ ਹਦੀਸ ਪਾਕ ਨੂੰ ਸਾਹਮਣੇ ਰੱਖਦੇ ਹੋਇਆ ਆਪਣੇ ਵਾਲਿਆਂ ਦੀ ਇੱਜ਼ਤ ਕਰੀਏ, ਉਹਨਾਂ ਦੀ ਕਦਰ ਕਰੀਏ। ਇਹ ਬੂਟਾ ਐਸਾ ਹੈ ਜਿਸ ਵਕਤ ਦੁਨੀਆਂ ਤੋਂ ਦੂਰ ਜਾਂਦਾ ਹੈ ਪਤਾ ਉਸ ਵਕਤ ਉਸ ਵਕਤ ਲੱਗਦਾ ਹੈ ਘਰ ਦੇ ਅੰਦਰ ਦਰਖਤ ਲੱਗਾ ਹੋਇਆ ਹੋਵੇ ਉਹਦੀ ਛਾਂ ਦੇ ਅੰਦਰ ਅਸੀਂ ਬਹਿੰਦੇ ਹੋਈਏ ਤੇ ਅਗਰ ਅਸੀਂ ਗਰਮੀ ਆ ਜਾਵੇ ਉਦੋਂ ਉਹਨੂੰ ਅਸੀਂ ਵੱਢ ਦਈਏ ਉਹਨੂੰ ਪੁੱਟ ਕੇ ਰੱਖ ਦਈਏ ਤੇ ਜਦੋਂ ਬੂਟਾ ਸਾਡੇ ਘਰੋਂ ਨਿਕਲ ਜਾਵੇ ਅਸੀਂ ਉਹ ਬਾਹਰ ਲਈਏ ਅੱਗ ਦੀ ਜਗ੍ਹਾ ਦੇ ਉੱਤੇ ਬਾਲਣ ਬਣਾ ਕੇ ਉਹ ਬਾਲ ਲਈਏ ਤੇ ਫਿਰ ਜਦੋਂ ਉਹਦੀ ਛਾਂ ਨਹੀਂ ਰੱਖਦੀ ਫਿਰ ਅਸੀਂ ਆਉਂਦੇ ਹਾਂ ਵੇਖੋ ਯਾਰ ਸਾਡੇ ਵੱਲ ਸਾਡਾ ਦਰਖਤ ਜਿਹੜਾ ਸੀ ਉੱਪਿਆ ਗਿਆ ਹੈ ਘਰ ਦੇ ਅੰਦਰੋਂ ਹੁਣ ਸਾਨੂੰ ਛਾਂ ਨਹੀਂ ਲੱਗਦੀ ਅਗਰ ਦਰਖਤ ਹੁੰਦਾ ਤੇ ਬੜਾ ਮਜ਼ਾ ਆਉਣਾ ਸੀ ਅਸੀਂ ਉਹਦੀ ਛਾਂ ਥੱਲੇ ਬਹਿ ਜਾਣਾ ਸਾਂ ਸਾਰਿਆਂ ਇਕੱਠੇ ਹੋ ਕੇ ਬਹਿ ਜਾਣਾ ਸੀ ਅਗਲੀ ਵਾਲਿਦ ਦੇ ਅਨੂ ਇਸ ਤਰੀਕੇ ਨਾਲ ਵਾਲਿਦ ਨੇ ਵੀ ਇੱਕ ਦਰਖਤ ਦੇ ਇੱਕ ਸਾਇਆ ਹੈ ਜਿਸ ਵਕਤ ਇਸ ਸਾਰੇ ਤੋਂ ਅਸੀਂ ਦੂਰ ਹਟ ਜਾਂਦੇ ਹਾਂ ਤੇ ਸਾਇਆ ਸਾਡੇ ਤੋਂ ਚੜਾ ਜਾਵੇ ਫਿਰ ਸਾਨੂੰ ਪਤਾ ਲੱਗਦਾ ਹੈ ਫਿਰ ਸਾਨੂੰ ਦੁਨੀਆ ਜਾਣਦੀ ਨਹੀਂ ਪਹਿਲੇ ਤੇ ਜਾਣਦੀ ਹੈ ਕਿ ਫਲਾਣੇ ਦਾ ਪੁੱਤਰ ਹੈ ਮਾਂ ਦੇ ਰਿਸ਼ਤੇਦਾਰ ਮਾਂ ਵੱਲੋਂ ਜਾਣਦੇ ਨੇ ਬਾਪ ਦੇ ਰਿਸ਼ਤੇਦਾਰ ਬਾਪ ਵੱਲੋਂ ਜਾਣਦੇ ਨੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਫਲਾਣ ਦੇ ਪੁੱਤਰ ਹਾਂ ਫਲਾਂ ਦੇ ਫਲਾਂ ਮਾਂ ਦੇ ਪੁੱਤਰ ਹਾਂ ਫਲਾਂ ਬਾਪ ਦੇ ਪੁੱਤਰ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਜਿਸ ਵਕਤ ਤੇ ਦੁਨੀਆਂ ਤੋਂ ਦੋਵੇਂ ਜੀਵ ਦੁਰ ਜਾਣ ਫਿਰ ਸਾਨੂੰ ਪਤਾ ਲੱਗਦਾ ਹੁਣ ਸਾਨੂੰ ਜਾਣਦਾ ਕੋਈ ਨਹੀਂ ਇਹ ਨਹੀਂ ਆਉਂਦਾ ਫਲਾਂ ਦਾ ਪੁੱਤਰ ਆਉਂਦੇ ਨੇ ਹਾਂ ਆਇਆ ਸੀ ਇਹਦਾ ਬਾਪ ਬੜਾ ਚੰਗਾ ਸੀਗਾ ਔਲਾਦ ਪਤਾ ਨਹੀਂ ਖਬਰ ਕਿੱਦਾਂ ਦੀ ਆਹ ਆਪਣੀ ਵਾਲਿਦ ਦੇ ਵੱਲੋਂ ਅੱਜ ਮਾਂ ਦੇ ਰਿਸ਼ਤੇਦਾਰੀ ਦੇ ਅੰਦਰ ਤੇਰੀ ਪਹਿਚਾਣ ਤੇ ਮਾਂ ਦੀ ਵਜ੍ਹਾ ਤੋਂ ਅੱਜ ਬਾਪ ਦੀ ਰਿਸ਼ਤੇਦਾਰੀ ਤੋਂ ਪਹਿਚਾਣ ਤੇ ਤੇਰੇ ਬਾਪ ਦੀ ਵਜ੍ਹਾ ਤੋਂ ਕਮਰੀ ਵਾਲੇ ਦੇ ਦਿਲਾਂ ਰਸੂਲ ਦਾ ਦੇ ਹੁਕਾਮਾਂ ਅੱਜ ਸਾਨੂੰ ਲੋਕ ਸਲਾਹ ਕਰ ਰਹੇ ਨੇ ਇਸਦਾ ਕਰ ਰਹੇ ਨੇ ਵਜੂਹਾਤ ਕੀ ਹੈ ਕਮਰੀ ਵਾਲੇ ਦੀ ਵਜ੍ਹਾ ਤੋਂ ਇਹਨਾਂ ਵਾਲਿਆਂ ਦੀ ਵਜ੍ਹਾ ਤੋਂ ਕਿਉਂਕਿ ਮੁਸਤਫਾ ਨੇ ਫਰਮਾਇਆ ਤੇ ਵਾਲਿਆਂ ਦੀ ਕਦਰ ਕਰੋ ਆਹ ਕਮਰੀ ਵਾਲੇ ਦੇ ਦਿਲਾਂ ਇਤਨੀ ਮਰਜ਼ੀ ਗਰਮੀ ਹੋਵੇ ਧੁੱਪ ਹੋਵੇ ਇਹ ਦਰਖਤਾਂ ਦੀ ਛਾਂ ਵੀ ਸਾਨੂੰ ਪੂਰਾ ਮਜ਼ਾ ਨਹੀਂ ਦਿੰਦੀ ਠੰਡਕ ਨਹੀਂ ਦਿੰਦੀ ਇੱਕ ਵਾਰੀ ਵਾਲਿਆਂ ਨੂੰ ਖੜੇ ਕਰਕੇ ਉਹਨਾਂ ਦੇ ਸਾਰੇ ਦਿਨ ਲਗਾਇਆ ਜਾਂ ਫਿਰ ਵੇਖ ਉਹ ਜਿਹੜੀ ਛਾਂ ਹੈ ਕਿੰਨੀ ਤੇਰੇ ਪਿਆਰ ਲੱਗਦੀ ਹੈ ਕਿੰਨੀ ਠੰਡੀ ਲੱਗਦੀ ਹੈ ਸਵਾਸ ਨੇ ਆਪਣੀ ਵਾਲਿਆਂ ਦੇ ਦਿਲਾਂ ਨੂੰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮਾਂ ਬਾਪ ਦੀ ਕਦਰ ਕਰੀਏ ਸਿੱਧਾ ਹੋਣ ਤੇ ਅਸੀਂ ਕਦਰ ਨਹੀਂ ਕਰਦੇ ਮਰਨ ਤੋਂ ਬਾਅਦ ਅਸੀਂ ਬੁਰਾ ਹਾਲ ਕਰ ਲੈਂਦੇ ਹਾਂ ਹੋਰ ਹੋ ਕੇ ਇਹ ਨਹੀਂ ਨਹੀਂ ਇਹ ਜਿਹੜੇ ਕਰਨਾ ਇੰਜ ਕਰਨਾ ਹੈ ਕਿ ਸਾਡੇ ਵਾਲਿਆਂ ਨੂੰ ਸਾਡੇ ਨਾਲ ਕੀ ਇੱਜ਼ਤ ਕਰਦੇ ਨੇ ਸਾਡੇ ਨਾਲ ਕਿਵੇਂ ਪਿਆਰ ਕਰਦੇ ਨੇ ਕੱਲ੍ਹ ਉਹਨਾਂ ਦੇ ਜਿਸ ਵਕਤ ਆਵੇ ਅਸੀਂ ਉਹਨਾਂ ਰਾਖੀ ਜੀ ਹੁਸਨੇ ਸਲੂਕ ਕਰੀਏ ਆਪ ਆਪਣੇ ਵਾਲਿਆਂ ਦੇ ਦਿਆ ਰਹੇ ਹੋ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਗੁਲਾਬ ਦਾ ਫੁੱਲ ਹੋਵੇ ਅੱਲਾ ਗੁਲਾਬ ਦਾ ਫੁੱਲ ਰੱਖੀਏ ਉਹਦੀ ਖੁਸ਼ਬੂ ਆਪਣੀ ਹੁੰਦੀ ਹੈ ਜਿਸ ਵਕਤ ਨਾਲ ਕਲੀ ਦਾ ਫੁੱਲ ਰੱਖੀਏ ਉਹਦੀ ਖੁਸ਼ਬੂ ਆਪਣੀ ਹੁੰਦੀ ਹੈ ਕਲੀ ਦਾ ਫੁੱਲ ਨਾਲ ਰੱਖੀਏ ਉਹਦੀ ਖੁਸ਼ਬੂ ਆਪਣੀ ਹੁੰਦੀ ਹੈ ਗੁਲਾਬ ਦਾ ਫੁੱਲ ਜਿਹੜਾ ਹੁੰਦਾ ਹੈ ਉਹ ਆਪਣੀ ਖੁਸ਼ਬੂ ਦਿੰਦਾ ਹੈ ਨਾਲ ਕਲੀ ਰੱਖਦੀ ਹੈ ਤੇ ਬੜਾ ਸੋਹਣਾ ਲੱਗਦਾ ਹੈ ਕਲੀ ਦਾ ਫੁੱਲ ਉਹ ਜਿਹੜਾ ਫੁੱਲ ਹੁੰਦਾ ਹੈ ਗੁਲਾਬ ਤੇ ਕਲੀ ਦੋਵੇਂ ਬੜੇ ਪਿਆਰੇ ਲੱਗਦੇ ਨੇ ਤੇ ਫਿਰ ਖੁਸ਼ਬੂ ਵੀ ਉਹਨਾਂ ਦੀ ਬੜੀ ਪਿਆਰੀ ਹੁੰਦੀ ਹੈ ਉਲਮਾ ਤਰਾ ਫਰਮਾਉਂਦੇ ਨੇ ਬਜ਼ੁਰਗ ਫਰਮਾਉਂਦੇ ਨੇ ਕਿ ਵਾਲਦ ਗੁਲਾਬ ਹੈ ਔਰ ਵਾਲਦਾ ਕਲੀ ਹੈ ਵਾਲਦ ਗੁਲਾਬ ਹੈ ਵਾਲਦਾ ਕਲੀ ਹੈ ਗੁਲਾਬ ਦੀ ਆਪਣੀ ਖੁਸ਼ਬੂ ਹੈ ਕਲੀ ਦੀ ਆਪਣੀ ਖੁਸ਼ਬੂ ਹੈ ਯਾਨੀ ਕਿ ਬਾਪ ਦੀ ਆਪਣੀ ਖੁਸ਼ਬੂ ਹੈ ਮਾਂ ਦੀ ਆਪਣੀ ਖੁਸ਼ਬੂ ਹੈ ਇਸ ਵਾਸਤੇ ਕਿ ਅਸੀਂ ਜਿਸ ਵਕਤ ਅੱਜ ਦਰਖਤ ਦੇ ਨਾਲੋਂ ਸ਼ਾਖ ਕੋਈ ਤੋੜੀਏ ਵਿੱਚੋਂ ਪਾਣੀ ਨਿਕਲਦਾ ਹੈ ਬਜ਼ੁਰਗ ਫਰਮਾਉਂਦੇ ਨੇ ਉਹ ਪਾਣੀ ਇੰਝ ਵੀ ਨਿਕਲਦਾ ਉਹ ਇਸ ਵਾਸਤੇ ਨਿਕਲਦਾ ਹੈ ਕਿ ਉਹ ਪਹਿਲੇ ਵੀ ਦੱਸਦੀ ਹੈ ਕਿ ਮੈਂ ਤੇਰੇ ਤੋਂ ਦਰਖਤਾਂ ਜੁਦਾ ਹੋਣ ਲੱਗੀ ਹਾਂ ਦਰਖਤ ਵੀ ਦੱਸਦਾ ਤੂੰ ਮੇਰੇ ਤੋਂ ਜੁਦਾ ਹੋਣ ਲੱਗੀ ਹੈ ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਹੈ ਆਂਸੂ ਹੁੰਦੇ ਨੇ ਇਹ ਉਹਨਾਂ ਦੇ ਆਂਸੂ ਹੁੰਦੇ ਨੇ ਅਸੀਂ ਪਹਿਚਾਣ ਨਹੀਂ ਸਕਦੇ
ਇਸੇ ਤਰੀਕੇ ਨਾਲ ਜਿਸ ਵਕਤ ਗੁਲਾਬ ਦਾ ਫੁੱਲ ਜਿਹੜਾ ਹੈ ਅਸੀਂ ਸ਼ਾਖ ਨਾਲ ਉਹ ਗੁਲਾਬ ਦੇ ਫੁੱਲ ਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ ਔਰ ਉਸ ਬੁੱਢੇ ਨਾਲੋਂ ਵੀ ਪਾਣੀ ਜਿਸ ਦੇ ਨਾਲ ਤੋੜਿਆ ਹੋਵੇ ਉਹਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ ਕਦੇ ਵੀ ਵਾਲੇ ਦਿੰਦੇ ਆ ਜਾਓ ਬਜ਼ੁਰਗ ਫਰਮਾਉਂਦੇ ਨੇ ਕਿ ਪਾਣੀ ਇਸ ਵਾਸਤੇ ਨਿਕਲਦਾ ਹੈ ਕਿ ਦੋਨੇ ਇੱਕ ਦੂਜੇ ਦੀ ਜੁਦਾਈ ਦੇ ਵਿੱਚ ਰੋਂਦੇ ਨੇ ਦੋਨੋਂ ਇੱਕ ਦੂਸਰੇ ਦੀ ਜੁਦਾਈ ਦੇ ਅੰਦਰ ਹੁੰਦੇ ਨੇ ਤਾਂ ਰੋ ਕੇ ਫਿਰ ਦੱਸਦੇ ਨੇ ਫੁੱਲ ਵੀ ਆਉਂਦਾ ਹੈ ਇਹ ਬੂਟਿਆਂ ਮੈਂ ਤੇਰੇ ਤੋਂ ਜੁਦਾ ਹੋਣ ਲੱਗਿਆ ਤੇ ਬੂਟਾ ਵੀ ਆਉਂਦਾ ਹੈ ਇਹ ਫੁੱਲ ਤੇਰੇ ਤੋਂ ਮੈਂ ਜੁਦਾ ਹੋਣ ਲੱਗਿਆ ਜਦੋਂ ਦੋਨਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਜਦੋਂ ਦੋਨਾਂ ਵਿੱਚੋਂ ਪਾਣੀ ਨਿਕਲਦਾ ਹੈ ਉਸ ਵਕਤ ਉਹ ਦੋਨੇ ਆਸੂ ਕਰਕੇ ਇੱਕ ਦੂਸਰੇ ਨੂੰ ਪਿਛੜਨ ਦਾ ਕੰਮ ਕਰਦੇ ਨੇ ਅਗਲੀ ਵਾਲਦ ਦੀ ਗੱਲ ਹੈ ਜਦੋਂ ਮਾਂ ਬਾਪ ਦੁਨੀਆਂ ਤੋਂ ਟੁੱਟ ਜਾਂਦੇ ਨੇ ਬਾਪ ਦੁਨੀਆਂ ਤੋਂ ਟੁੱਟ ਜੇ ਮਾਂ ਦੁਨੀਆਂ ਤੋਂ ਟੁੱਟ ਜੇ ਤੇ ਇਹ ਔਲਾਦ ਨਾਲੋਂ ਵਿਛੜ ਕੇ ਵੀ ਮਰ ਕੇ ਵੀ ਆਪਣੀ ਔਲਾਦ ਦਾ ਜ਼ਮ ਨਹੀਂ ਖਵਾਉਂਦੇ ਕਬਰ ਦੇ ਵਿੱਚ ਜਾ ਕੇ ਵੀ ਆਉਂਦੇ ਨੇ ਮੌਲਾ ਕਿਤੇ ਸਾਨੂੰ ਹੋਰ ਜ਼ਿੰਦਗੀ ਦੇ ਦਿੰਦਾ ਸੀ ਆਪਣੀ ਔਲਾਦ ਦੀ ਸੇਵਾ ਕਰਨ ਦੇ ਆਪਣੀ ਔਲਾਦ ਨੂੰ ਉਹਦਾ ਅੱਛਾ ਮੁਸਤਕਬਲ ਬਣਾ ਲੈਂਦੇ ਨੇ ਜਿਸ ਵਕਤ ਮਾਂ ਬਾਪ ਦੁਨੀਆਂ ਤੋਂ ਟੁੱਟ ਜਾਏ ਫਿਰ ਔਲਾਦ ਵੀ ਰੋਂਦੀ ਹੈ ਔਲਾਦ ਵੀ ਰੋਂਦੀ ਹੈ ਜਿਸ ਵਕਤ ਸਾਨੂੰ ਪਿਛੜਦੇ ਨੇ ਪਤਾ ਉਹ ਰੱਖਦਾ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਇਹਨਾਂ ਦੀ ਕਦਰ ਦਾ ਪਹਿਲੇ ਸਾਨੂੰ ਪਤਾ ਨਹੀਂ ਲੱਗਦਾ ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਵਾਲਦਿਆਂ ਦੀ ਇੱਜ਼ਤ ਕਰੀਏ ਆਪਣੇ ਵਾਲਦਿਆਂ ਦੇ ਮਾਂ ਬਾਪ ਨੂੰ ਵੇਖੀਏ ਆਪਣੇ ਵਾਲਦਿਆਂ ਦੇ ਨਾਲ ਪਿਆਰ ਕਰੀਏ ਆਪਣੇ ਵਾਲਦਿਆਂ ਦੇ ਨਾਲ ਅੱਛਾ ਸਲੂਕ ਕਰੀਏ ਕਿਉਂ ਕਹਿੰਦਾ ਨੀ ਮੈਂ ਆਪਣੇ ਵਾਲਦਿਆਂ ਦੇ ਅਹਿਸਾਨ ਦਾ ਅਹਿਸਾਨ ਤੋਂ ਮਤਲਬ ਇਹ ਨਹੀਂ ਕਿ ਕੱਪੜੇ ਪਹਿਨ ਦੇ ਜਾਂ ਚੁੱਕੀ ਰਾਤ ਕੀ ਖਾਣਾ ਅੱਛਾ ਦੇ ਤਾਂ ਨਹੀਂ ਨਹੀਂ ਬਲਕਿ ਇਸ ਤੋਂ ਮਨਾ ਲੈ ਵੀ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ ਮਸ਼ਹੂਰ ਫਿਕਾ ਹਜ਼ਰਤ ਅਬੂ ਨਾਇਸ ਸਮਰਕੰਦੀ ਫਰਮਾਉਂਦੇ ਨੇ ਅਗਰ ਅੱਲਾਹ ਤਾਲਾ ਆਪਣੇ ਨਾਰਾਇਣ ਕਿਤਾਬ ਕੁਰਾਨ ਮਜੀਦ ਦੇ ਅੰਦਰ ਵਾਲਾ ਜਾਨ ਔਰ ਹਕੂਕ ਦੀ ਤਾਹੀ ਨਾ ਫਰਮਾਉਂਦਾ ਤੇ ਅਗਲਨ ਵੀ ਇਸ ਗੱਲ ਨੂੰ ਵਜੂਦ ਵਿੱਚ ਲਿਆਉਣਾ ਚਾਹੀਦਾ ਸੀ ਆਉਣਾ ਪੈਣਾ ਸੀ ਕਿਉਂਕਿ ਹਰ ਅਕਲਮੰਦ ਦੇ ਉੱਤੇ ਵਾਜਬ ਹੈ ਆਪਣੇ ਵਾਲਦਿਆਂ ਦੀ ਇੱਜ਼ਤ ਕਰਨਾ ਇਹਤਰਾਮ ਕਰਨਾ ਅੱਜ ਅਸਲ ਔਕਾਤ ਅਸੀਂ ਵੇਖਦੇ ਹਾਂ ਕਿ ਇਹ ਬਾਜ਼ਾਰ ਦੇ ਅੰਦਰ ਜਾਨਵਰ ਫਿਰਦੇ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਹੁੰਦੇ ਆਪਣੀ ਮਾਂ ਦੇ ਪਿੱਛੇ ਪਿੱਛੇ ਫਿਰਦੇ ਨੇ ਆਪਣੇ ਉਹ ਜਾਨਵਰਾਂ ਦੇ ਪਿੱਛੇ ਫਿਰਦੇ ਨੇ ਪਤਾ ਲੱਗ ਜਾਂਦਾ ਹੈ ਫਰਾਨੇ ਦਾ ਇਹ ਬੱਚਾ ਹੈ ਕਿ ਉਹ ਕਦਰ ਕਦਰ ਫਿਰਦਾ ਹੈ ਕਮਲੀ ਵਾਲੇ ਦੇ ਦੀਵਾਨੇ ਉਹ ਇਸ ਤਰੀਕੇ ਨਾਲ ਵੀ ਉਹ ਜਿਹੜਾ ਬੱਚਾ ਹੁੰਦਾ ਹੈ ਆਪਣੇ ਜਾਨਵਰ ਬਾਪ ਦੀ ਜਾਂ ਮਾਂ ਦੀ ਬੜੀ ਇੱਜ਼ਤ ਕਰਦਾ ਹੈ ਮਗਰ ਮਗਰ ਫਿਰ ਕੇ ਉਹਨੂੰ ਦੱਸਦਾ ਹੈ ਅਸੀਂ ਤੇ ਫਿਰ ਅਸ਼ਰਫ ਮਖਲੂਕਾਤ ਹੋਏ ਅਸੀਂ ਤੇ ਫਿਰ ਅੱਲਾਹ ਰੱਬੁਲ ਆਲਮੀਨ ਦੇ ਸੋਹਣੇ ਮਹਿਬੂਬ ਦੀ ਉਮਤ ਵਿੱਚੋਂ ਹੋਣੇ ਸਾਨੂੰ ਇਹ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਅੱਲਾਹ ਰੱਬੁਲ ਆਲਮੀਨ ਨੇ ਆਪਣੇ ਤਮਾਮ ਕਿਤਾਬਾਂ ਦੇ ਅੰਦਰ ਕੁਰਾਨ ਅੰਜੀਲ ਜ਼ਬੂਰ ਔਰ ਕੁਰਾਨ ਪਾਕ ਦੇ ਅੰਦਰ ਆਪਣੇ ਵਾਲਦਿਆਂ ਦੀ ਇੱਜ਼ਤ ਕਰਕੇ ਦੱਸੀਏ ਤੇ ਸਾਡਾ ਹੱਕ ਬਣਦਾ ਹੈ ਅਸੀਂ ਉਸੇ ਤਰੀਕੇ ਨਾਲ ਹੀ ਆਪਣੇ ਵਾਲਦਿਆਂ ਦੀ ਇੱਜ਼ਤ ਕਰੀਏ ਆਪਣੇ ਵਾਲਦਿਆਂ ਦੇ ਨਾਲ ਅੱਛਾ ਸਲੂਕ ਕਰੀਏ ਆਪਣੇ ਵਾਲਦਿਆਂ ਦੀ ਮੁਹੱਬਤ ਕਰੀਏ ਆਹ ਆਪਣੇ ਵਾਲਦਿਆਂ ਦੇ ਦੀਵਾਨੇ ਮੈਂ ਅੱਜ ਪੜ੍ਹਨਾ ਚਾਹੁੰਦਾ ਆਪਣੇ ਬਾਪ ਦੀ ਸ਼ਾਨ ਪੜ੍ਹਨਾ ਚਾਹੁੰਦਾ ਬਾਪ ਕਿਉਂਕਿ ਪਤਾ ਉਦੋਂ ਲੱਗਦਾ ਜਦੋਂ ਬਾਬਾ ਬਣੀ ਹੈ ਪਹਿਲੇ ਸਾਨੂੰ ਕਦਰ ਨਹੀਂ ਹੁੰਦੀ ਆਹ ਆਪਣੇ ਵਾਲਦਿਆਂ ਦੇ ਦੀਵਾਨੇ ਅੱਜ ਕਈ ਲੋਕ ਆਉਂਦੇ ਨੇ ਕਿ ਮਾਂ ਦੀ ਇੱਜ਼ਤ ਕਰੋ ਨਾ ਖਾਵਾਂ ਨੇ ਸਿਰਫ ਥਾਂ ਹੀ ਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ ਅਗਰ ਮਾਂ ਦੀ ਇੱਜ਼ਤ ਕਰੀਏ ਬਾਪ ਦੀ ਵੀ ਇੱਜ਼ਤ ਕਰਨੀ ਪੈਗੀ ਕਿਉਂਕਿ ਬਾਪ ਜਿਹੜਾ ਹੁੰਦਾ ਹੈ ਉਹ ਮਾਂ ਦੇ ਸਿਰ ਤੇ ਹੁੰਦਾ ਹੈ ਅਕਸਰ ਅਸੀਂ ਸੁਣਦੇ ਹਾਂ ਇਸ ਮਾਂ ਦੇ ਹਵਾਲੇ ਨਾਲ ਵੀ ਲੋਕਾਂ ਦੇ ਕੋਲੋਂ ਵੀ ਉਹਨਾਂ ਨਾਮ ਦੇ ਕੋਲੋਂ ਵੀ ਸੁਣਦੇ ਹਾਂ ਲੋਕ ਆਉਂਦੇ ਨੇ ਕਿ ਇਨਸਾਨ ਦੀ ਜਿਹੜੀ ਜੰਨਤ ਦੇ ਮਾਂ ਦੇ ਕਦਮਾਂ ਥੱਲੇ ਦੇ ਅਕਸਰ ਕਾਰ ਲੋਕ ਦੱਸਦੇ ਨੇ ਕਿ ਮਾਂ ਦੇ ਕਦਮਾਂ ਥੱਲੇ ਪੁੱਤਰ ਦੀ ਜੰਨਤ ਹੈ ਬੇਟੀ ਦੀ ਜੰਨਤ ਹੈ ਕਦੀ ਉਸ ਮਾਂ ਦੇ ਕੋਲੋਂ ਇਹ ਵੀ ਪੁੱਛਿਆ ਕਰੋ ਮਾਂ ਕਿ ਸਾਨੂੰ ਇਹ ਦੱਸ ਸਾਡੀ ਜੰਨਤ ਤੇਰੇ ਕਦਮਾਂ ਥੱਲੇ ਹੈ ਤੇਰੀ ਜੰਨਤ ਕਿਹਦੇ ਕਦਮਾਂ ਥੱਲੇ ਤੇਰੀ ਜੰਨਤ ਕਿਹਦੇ ਕਦਮਾਂ ਥੱਲੇ ਹੈ
ਅਗਰ ਉਸਨੂੰ ਨਹੀਂ ਪਤਾ ਫਿਰ ਕਿਸੇ ਮੌਲੀ ਦੇ ਕੋਲ ਪੁੱਛ, ਕਿਸੇ ਅੱਲਾ ਦੇ ਵਲੀ ਦੇ ਕੋਲ ਪੁੱਛ, ਕਿਸੇ ਚੰਗੇ ਬੰਦੇ ਸੁਣਨ ਦੇ ਵਿੱਚ ਬੈਠ ਉਹਦੇ ਕੋਲ ਪੁੱਛ, ਉਹਦੇ ਨੂੰ ਦੱਸੇਗਾ ਕਿ ਤੇਰੀ ਮਾਂ ਦੀ ਜਿਹੜੀ ਜੰਨਤ ਨਿਕਲ ਮੱਤ ਅੱਗੇ ਦੇ ਕਰਤਾ ਤੇਰੀ ਜੰਨਤ ਤੇਰੀ ਮਾਂ ਦੇ ਕਰਮਾਂ ਤੇ ਔਰ ਤੇਰੀ ਤੇ ਮੇਰੀ ਮਾਂ ਦੀ ਜਿਹੜੀ ਜੰਨਤ ਹੈ ਤੇਰੇ ਤੇ ਮੇਰੇ ਬਾਪ ਦੇ ਕਰਮਾਂ। ਅਗਰ ਮਾਂ ਜੰਨਤ ਹੈ ਬਾਪ ਉਸਦਾ ਦਰਵਾਜ਼ਾ, ਇਹ ਸਾਡੀ ਮਸਜਿਦ ਦੇ ਹਾਲ ਦੇ ਕਿਆ ਦਰਵਾਜ਼ੇ ਨਾ ਹੋਣ ਤੇ ਸਿੰਗਰ ਆ ਨਹੀਂ ਸਕਦੇ। ਮਕਾਨ ਅਸੀਂ ਬਣਾ ਲਿਆ, ਚਾਰ ਦੀਵਾਰੀ ਅਸੀਂ ਬਣਾ ਲਈ, ਛੱਤ ਵਾਲੀ ਦਰਵਾਜ਼ਾ ਨਾ ਹੋਵੇ ਤੇ ਅਸੀਂ ਮਕਾਨ ਨਹੀਂ ਬਣਾ ਸਕਦੇ, ਬੰਦ ਕਮਰਾ ਰੱਖ ਸਕਦੇ ਹਾਂ ਉਹਦੇ ਅੰਦਰ ਅਸੀਂ ਜਾ ਨਹੀਂ ਸਕਦੇ ਜਦੋਂ ਤੱਕ ਦਰਵਾਜ਼ਾ ਨਾ ਲਈਏ। ਦਰਵਾਜ਼ਾ ਲੱਗੇਗਾ ਦੇ ਅੰਦਰ ਜਾਵਾਂਗੇ, ਮਾਲੂਮ ਹੋਇਆ ਕਿ ਜੰਨਤ ਜਿਹੜੀ ਹੈ ਮਾਂ ਦੇ ਕਰਮਾਂ ਥੱਲੇ, ਜੰਨਤ ਵਿੱਚ ਜਾਣ ਤੋਂ ਪਹਿਲੇ ਪਾਪ ਵਾਲਾ ਜਿਹੜਾ ਜੰਨਤ ਦਾ ਦਰਵਾਜ਼ਾ ਦੇ ਵਿੱਚੋਂ ਲੰਘਣਾ ਪਏਗਾ, ਉਸ ਦਰਵਾਜ਼ੇ ਵਿੱਚੋਂ ਲੰਘ ਕੇ ਫੇਰ ਅੱਗੇ ਜਾਣਾ ਪਏਗਾ। ਜਿਸ ਪਾਪ ਦੀ ਵਜ੍ਹਾ ਤੋਂ ਸਾਡੀ ਪਹਿਚਾਣ ਹੈ, ਅਸੀਂ ਉਸ ਪਾਪ ਦੀ ਕਦਰ ਨਹੀਂ ਕਰਦੇ, ਉਸ ਪਾਪ ਦੇ ਅਸੀਂ ਪਿੱਛੇ ਨਹੀਂ ਜਾਂਦੇ, ਸਿਰਫ ਮਾਂ ਦੇ ਪਿੱਛੇ ਜਾਂਦੇ। ਮਾਂ ਦਾ ਜਵਾਬ ਸੁਣਿਆ, ਹਾਂ ਮਾਂ ਦੀ ਵੀ ਗੱਲ ਮੰਨ, ਮਾਂ ਦੀ ਵੀ ਗੱਲ ਮੰਨ, ਕਿਉਂ ਮਾਂ ਹੈ ਉਹਦੀ ਗੱਲ ਮੰਨ, ਉਸ ਪਾਪ ਦੀ ਵੀ ਗੱਲ ਮੰਨ, ਉਸ ਪਾਪ ਦੀ ਵੀ ਉਹਦੀ ਕਦਰ ਕਰ ਕਿ ਜਿਸ ਦੇ ਨਾਮ ਦੀ ਵਜ੍ਹਾ ਤੋਂ ਤੇਰਾ ਨਾਮ। ਅੱਜ ਮੇਰੇ ਬਾਰੇ ਤੁਹਾਨੂੰ ਰਸ਼ੀਦ ਆਉਂਦੇ ਨੇ, ਮੇਰੇ ਨਾਮ ਦੇ ਨਾਲ ਰਸ਼ੀਦ ਹੁੰਦਾ, ਮੇਰੇ ਵਾਲਦ ਮੁਹੰਮਦ ਦਾ ਨਾਮ ਰਸ਼ੀਦ। ਅੱਜ ਮੈਨੂੰ ਦੁਨੀਆ ਜਾਣਦੀ ਹੈ, ਕਿਸੇ ਨੂੰ ਦੁਨੀਆ ਜਾਣਦੀ, ਕੋਈ ਚੌਧਰੀ ਐਮ ਪੀ ਆ ਕਦੇ, ਜਿਹਨੂੰ ਵੀ ਦੁਨੀਆ ਜਾਣਦੀ ਹੈ ਉਹਦੇ ਬਾਪ ਦੀ ਵਜ੍ਹਾ ਤੋਂ ਜਾਣਦੀ। ਸ਼ਨਾਖਤੀ ਕਾਰਡ ਦੇ ਉੱਤੇ ਬਾਪ ਦਾ ਨਾਮ ਲਿਖਿਆ ਜਾਂਦਾ, ਕਿਸੇ ਹੋਰ ਦਾ ਨਾਮ ਨਹੀਂ ਲਿਖਿਆ ਜਾਂਦਾ, ਮਾਂ ਦਾ ਨਾਮ ਨਹੀਂ ਲਿਖਿਆ ਜਾਂਦਾ, ਕਿਉਂਕਿ ਤੇਰੀ ਪਹਿਚਾਣ ਹੈ ਬਾਪ ਦੀ ਵਜ੍ਹਾ ਤੋਂ। ਇਸ ਵਾਸਤੇ ਕਿ ਤੇਰਾ ਵੀ ਹੱਕ ਬਣਦਾ ਹੈ ਕਿ ਤੂੰ ਆਪਣੀ ਮਾਂ ਦੀ ਵੀ ਉਹੀ ਗੱਲ ਕਰ ਤੇ ਬਾਪ ਦੀ ਵੀ ਉਹੀ ਗੱਲ ਕਰ। ਅਗਰ ਮਾਂ ਇੱਕ ਰਾਤ ਦਾ ਮੁੱਲ ਤੂੰ ਨਹੀਂ ਦੇ ਸਕਦਾ, ਮਾਂ ਦੀ ਇਕਲਾਤ ਦਾ ਮੁੱਲ ਨਹੀਂ ਦੇ ਸਕਦਾ ਤੇ ਬਾਪ ਦੇ ਦਿਲ ਦਾ ਵੀ ਮੁੱਲ ਨਹੀਂ ਦੇ ਸਕਦਾ। ਕਿਉਂ? ਮਾਂ ਦਾ ਮੁੱਲ ਇਸ ਵਾਸਤੇ ਨਹੀਂ ਦੇ ਸਕਦਾ ਕਿਉਂਕਿ 9 ਮਹੀਨੇ ਤੇ ਪੇਟ ਦੇ ਅੰਦਰ ਹੈ ਔਰ ਹਰ ਤਕਲੀਫ ਬਰਦਾਸ਼ਤ ਰਾਤਾਂ ਨੂੰ ਜਾਗ ਕੇ ਰਹੀ ਹੈ ਤੇਰੇ ਵਾਸਤੇ। ਤੂੰ ਅਗਰ ਕਿੱਲੀ ਜਗ੍ਹਾ ਕਰ ਛੱਡੀ ਹੈ ਤੇ ਕਿੱਲੀ ਜਗ੍ਹਾ ਤੇ ਮਾਂ ਤੇਰੀ ਸੌਂਕੀ ਹੈ ਤੇ ਤੈਨੂੰ ਉਹਨੇ ਸੁੱਖੀ ਜਗ੍ਹਾ ਤੇ ਕਰ ਛੱਡਿਆ, ਮਾਂ ਦੀ ਰਾਤ ਦਾ ਵੀ ਦਿਲ ਦਾ ਵੀ ਮੁੱਲ ਨਹੀਂ ਦੇ ਸਕਦਾ, ਮਾਂ ਦੀ ਰਾਤ ਦਾ ਮੁੱਲ ਨਹੀਂ ਦੇ ਸਕਦਾ ਤੇ ਬਾਪ ਦੇ ਵੀ ਦਿਲ ਦਾ ਵੀ ਮੁੱਲ ਨਹੀਂ ਦੇ ਸਕਦਾ। ਕਿਉਂ? ਕਿ ਉਸ ਬਾਪ ਨੇ ਕਦੇ ਤੇਰੇ ਵਾਸਤੇ ਗਰਮੀ ਨਹੀਂ ਵੇਖੀ, ਸਰਦੀ ਨਹੀਂ ਵੇਖੀ, ਸੁਬਹ ਦੀ ਵੇਖੀ, ਸ਼ਾਮ ਦੀ ਵੇਖੀ, ਰਾਤ ਦੀ ਵੇਖਿਆ। ਬਾਪ ਨੇ ਹਰ ਵੇਲੇ ਤੇਰੇ ਵਾਸਤੇ ਦੁਆਈ ਕੀਤੀ ਕਿ ਮੇਰਾ ਪੁੱਤਰ ਅੱਜ ਚੰਗੇ ਕੱਪੜੇ ਪਾਏ, ਮੰਦੇ ਕੱਪੜੇ ਪਾ ਕੇ ਬਾਹਰ। ਉਸ ਬਾਪ ਨੇ ਤੇਰੀ ਤੈਨੂੰ ਪਾਲਿਆ, ਇਸ ਵਾਸਤੇ ਤੇਰੇ ਵਾਸਤੇ ਸੁਬਹ ਤੋਂ ਲੈ ਕੇ ਸ਼ਾਮ ਤੱਕ ਕਮਾਉਣ ਵਾਸਤੇ ਜਾਂਦਾ ਹੈ, ਧੁੱਪ ਨਹੀਂ ਵੇਖਦਾ, ਗਰਮੀ ਨਹੀਂ ਵੇਖਦਾ, ਮਾਂ ਦਾ ਦੇਵ ਨਹੀਂ ਦੇ ਸਕਦਾ ਤੇ ਬਾਪ ਦਾ ਕਿਵੇਂ ਦੇਵੇਂਗਾ। ਜਿਹੜੇ ਅੱਗੇ ਪੜ੍ਹੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਆਪਾ ਆਪਾ ਕਹਿੰਦੇ ਸਨ ਵਾਲੇ ਸੁੱਖ ਵਿੱਚ ਰਹਿੰਦੇ ਸਨ, ਆਪਾ ਆਪਾ ਪਾਇਆ ਤੇ ਦੁੱਖ ਪੱਲੇ ਪਾਇਆ, ਨਾ ਤਾਂ ਉਹ ਦੁੱਖ ਪੱਲੇ ਨਹੀਂ ਪਾਇਆ, ਦੁੱਖ ਉਹ ਪੱਲੇ ਪਾਉਂਦਾ ਤੇ ਜਿਹੜਾ ਆਪਣੇ ਵਾਲੇ ਦੇ ਇੱਜ਼ਤ ਨਹੀਂ ਕਰਦਾ। ਇਹ ਮਿਸਾਲ ਪੜ੍ਹੀ ਹੈ ਲੋਕਾਂ ਨੇ, ਆਪਾ ਆਪਾ ਕਹਿੰਦੇ ਸਨ ਚੰਗੀ ਫਸਲ ਮਿਲੇਗੀ, ਬੀਜ ਬੀਜਿਆ ਫਸਲ ਮਿਲੇਗੀ।
ਅਗਰ ਅਸੀਂ ਉਹਦੀ ਹਿੰਮਤ ਨਾ ਕੀਤੀ ਤੇ ਸਪਰੇ ਜਾਂ ਖਾਤਾ ਪਾਣੀ ਗਾਇਬ ਲਗਾਇਆ ਤੇ ਸਮਝ ਲਓ ਫਿਰ ਅਸੀਂ ਉਹ ਦੀ ਪਕੜਾਂ ਇਸ ਵਾਸਤੇ ਕਿ ਜੇ ਅਗਰ ਵਾਲਦ ਦੀ ਕਦਰ ਕਰੇਗਾ ਤੇ ਕੱਲ੍ਹ ਤੇਰੀ ਔਲਾਦ ਤੇਰੀ ਵੀ ਕਦਰ ਕਰੇਗੀ ਆਪਣੇ ਵਾਲਦ ਨਾਲ ਅੱਛਾ ਹੁਸਨੇ ਸਲੂਕ ਕਰੇਗਾ ਕੱਲ੍ਹ ਤੇਰੀ ਔਲਾਦ ਵੀ ਤੇਰੇ ਨਾਲ ਅੱਛਾ ਹੁਸਨੇ ਸਲੂਕ ਕਰੇਗੀ ਅੱਜ ਨਾਲ ਖਾਨਾ ਨੇ ਆਖਿਆ ਜੀ ਮਾਂ ਮਾਂ ਸਿਰਫ ਮਾਂ ਹੀ ਮਾਂ ਮੈਂ ਵੀ ਅੱਲਾ ਕੇ ਮਾਂ ਨਾ ਆ ਕੋ ਮਾਂ ਦੀ ਬੜੀ ਸ਼ਾਨ ਹੈ ਮਾਂ ਦੀ ਬੜੀ ਕਦਰ ਹੈ ਅਗਲੇ ਜੁਮਾ ਇਨਸ਼ਾਅੱਲਾ ਮਾਂ ਦੇ ਤੇ ਮਨ ਹੈ ਮਾਂ ਦੀ ਸ਼ਾਨ ਜਾਣਦਾ ਨਹੀਂ ਕੋਈ ਜਿਸ ਮਾਂ ਦੀ ਇੰਨੀ ਇੱਜ਼ਤ ਕਰਦਾ ਹੈ ਤੇਰੀ ਕਦਰ ਤੇਰੀ ਜਨਤ ਤੇਰੀ ਮਾਂ ਦੇ ਕਦਮਾਂ ਥੱਲੇ ਵੀ ਕਦੀ ਉਸ ਮਾਂ ਦੇ ਕੋਲੋਂ ਪੁੱਛ ਮਾਂ ਤੇਰੀ ਜਨਤ ਕਦੇ ਕਦਮਾਂ ਥੱਲੇ ਜੇ ਦੇਖੋ ਅਗਰ ਤੇ ਹੈ ਇੱਜ਼ਤ ਵਾਲੀ ਤੇ ਹੈ ਪੜ੍ਹੀ ਲਿਖੀ ਤੇ ਦੇਖੋ ਦੱਸੇਗੀ ਪੁੱਤਰਾ ਤੇਰੀ ਜਨਤ ਮੇਰੇ ਕਦਮਾਂ ਥੱਲੇ ਵੇ ਔਰ ਮੇਰੀ ਜਨਤ ਤੇਰੇ ਬਾਪ ਦੇ ਕਦਮਾਂ ਥੱਲੇ ਅੱਜ ਮੈਂ ਕਿਵੇਂ ਤੇਰੇ ਨਾਲ ਸੁਣਾਈ ਸੁਣਿਆ ਜੀ ਮੈਂ ਲੱਗਿਆ ਸਮਾਜ ਕੇ ਬਾਪ ਦੇ ਨਾਲ ਸਾਡੀ ਪਹਿਚਾਣ ਹੁੰਦੀ ਹੈ ਸੀਤ ਵਾਲੇ ਵੀ ਸਮਝ ਜਾਂਦੇ ਨੇ ਆਸਮਾਨ ਵਾਲੇ ਅਗਰ ਇਨਸਾਨ ਦੁਨੀਆਂ ਉੱਤੇ ਰਹਿ ਕੇ ਕਲਮਾ ਪੜ੍ਹੇਗਾ ਇਲਾਹ ਕਲਮਾ ਹੋ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਾਲੀ 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 ਉਸਨੇ ਸਿਰਫ ਇਹ ਰੱਖਿਆ ਕਲਮਾ ਪੜ੍ਹੇ ਕਲਮਾ ਪੜ੍ਹੇ ਸਿਰਫ ਉਸ ਕਲਮਾ ਪੜ੍ਹੇ ਇੱਕ ਫਰਿਸ਼ਤਾ ਜ਼ਮੀਨ ਤੋਂ ਬੜੀ ਤੇਜ਼ੀ ਨਾਲ ਆਸਮਾਨ ਵੱਲ ਜਾਂਦਾ ਉਹਦੇ ਹੱਥ 'ਚ ਕਿਤਾਬ ਦਾ ਟੁਕੜਾ ਹੁੰਦਾ ਹੈ ਲਿਖਿਆ ਕੀ ਹੁੰਦਾ ਹੈ ਫਿਰ ਫਰਿਸ਼ਤਾ ਨੇ ਮੁਹੰਮਦ ਹੱਥ ਮੁਹੰਮਦ ਸ਼ੀਫ ਇਹਨੇ ਕਲਮਾ ਪੜ੍ਹਿਆ ਉਹ ਫਰਿਸ਼ਤਾ ਬੜੀ ਜਲਦੀ ਦੇ ਨਾਲ ਆਸਮਾਨ ਵੱਲ ਜਾਂਦਾ ਉਹਦੇ ਤੇ ਲਿਖਿਆ ਕਾਲੀ ਮੁਹੰਮਦ ਹੱਥ ਮੁਹੰਮਦ ਸ਼ੀਫ ਯਾਨੀ ਕਿ ਮੇਰਾ ਵੀ ਨਾਂ ਲਿਖਿਆ ਨਾਲ ਮੇਰੇ ਵਾਲਾ ਦਾ ਵੀ ਨਾਂ ਪਤਾ ਚੱਲਿਆ ਤੇ ਵਾਲਾ ਦੀ ਪਹਿਚਾਣ ਹੈ ਦੁਨੀਆਂ ਤੇ ਹੁਣ ਜਦੋਂ ਫਰਿਸ਼ਤਾ ਆਸਮਾਨ ਵੱਲ ਜਾਂਦਾ ਹੈ ਇੱਕ ਫਰਿਸ਼ਤਾ ਉਤੋਂ ਦਾ ਬੜੀ ਜਲਦੀ ਦੇ ਨਾਲ ਰਸਤੇ ਦੇ ਅੰਦਰ ਦੋਵਾਂ ਦਾ ਟਕਰਾਅ ਹੁੰਦਾ ਦੋਵਾਂ ਦਾ ਮਲਾਪ ਹੁੰਦਾ ਦੋਵੇਂ ਇਕੱਠੇ ਹੁੰਦੇ ਨੇ ਜ਼ਮੀਨ ਵਾਲਾ ਪੁੱਛਦਾ ਤੂੰ ਕਿੱਧਰ ਚੱਲਿਆ ਆਸਮਾਨ ਵਾਲਾ ਪੁੱਛਦਾ ਤੂੰ ਕਿੱਧਰ ਚੱਲਿਆ ਜ਼ਮੀਨ ਵਾਲਾ ਪੁੱਛਦਾ ਤੂੰ ਕਿੱਧਰ ਚੱਲਿਆ ਆਸਮਾਨ ਵਾਲਾ ਪੁੱਛਦਾ ਤੂੰ ਕਿੱਧਰ ਚੱਲਿਆ ਜ਼ਮੀਨ ਵਾਲਾ ਆਉਂਦਾ ਮੈਂ ਤੇ ਉੱਪਰ ਪਿਆ ਚੱਲਾ ਆ ਫਲਾ ਮਕਾ ਸੀ ਉਹਦੀ ਬਦਲੀ ਦੇ ਉਹਨੇ ਕਲਮਾ ਪੜ੍ਹਿਆ ਤੇ ਇਹ ਕਾਗਜ਼ ਦਾ ਟੁਕੜਾ ਮੈਂ ਅੱਜ ਉਹਦਾ ਨਾਮ ਲਿਖਿਆ ਤੇ ਵਾਲਾ ਦਾ ਵੀ ਨਾਮ ਲਿਖ ਲਿਆ ਤੇ ਮੈਂ ਅੱਲਾ ਦੀ ਬਾਰਗਾਹ ਦੇ ਅੰਦਰ ਚੱਲਾ ਕਿ ਅੱਲਾ ਤੇਰੇ ਇਸ ਮਜ਼ੇ ਨੇ ਕਲਮਾ ਪੜ੍ਹਿਆ ਇਹਦੇ ਵਾਸਤੇ ਕੀ ਹੁਕਮ ਹੈ ਉਹ ਫਰਿਸ਼ਤਾ ਦਾ ਰੁਕ ਜਾ ਫਿਰ ਮੈਂ ਵੀ ਇਹੀ ਚੀਜ਼ ਉੱਤੋਂ ਲੈ ਕੇ ਪਿਆ ਮੈਂ ਵੀ ਉਹ ਇਹੀ ਚੀਜ਼ ਲੈ ਕੇ ਆਉਣਾ ਪਿਆ ਅੱਧਾ ਮੇਰੇ ਕੋਲ ਵੀ ਟੁਕੜਾ ਤੇਰੇ ਕੋਲ ਹੱਥ ਦੇ ਵਿੱਚ ਸੁਣੀ ਜਾਂਦਾ ਕਿ ਇਹਦੇ ਹੱਥ ਵਿੱਚ ਕਾਗਜ਼ ਦਾ ਟੁਕੜਾ ਹੈ ਉਹਦੇ ਤੇ ਜਿਸ ਮਜ਼ੇ ਨੇ ਜ਼ਮੀਨ ਤੇ ਬਹਿ ਕੇ ਕਲਮਾ ਪੜ੍ਹਿਆ ਮੈਂ ਆਸਮਾਨ ਦੇ ਸੁਣਿਆ ਸੀ ਅਰਸ਼ ਵਾਲੇ ਨੇ ਜੋ ਕਾਗਜ਼ ਲੈ ਕੇ ਦਿੱਤਾ ਹੈ ਆਖਿਆ ਜਾ ਜਲਦੀ ਦੇ ਨਾਲ ਉਸ ਬੰਦੇ ਨੂੰ ਜਾ ਕੇ ਖੁਸ਼ਖਬਰੀ ਦੇ ਜਿਹਦਾ ਨਾਮ ਆਲਿਮ ਜ਼ਮਰ ਦੇ ਵਾਲ ਮੁਹੰਮਦ ਰਸ਼ੀਦ ਹੈ ਉਹਨੂੰ ਜਾ ਕੇ ਖੁਸ਼ਖਬਰੀ ਦੇ ਤੂੰ ਕਲਮਾ ਪੜ੍ਹਿਆ ਹੈ ਜ਼ਮੀਨ ਵਾਲਾ ਉੱਪਰ ਪਿਆ ਜਾਂਦਾ ਤੇ ਆਸਮਾਨ ਵਾਲਾ ਥੱਲੇ ਪਿਆ ਜਾਂਦੇ ਆ ਤੇ ਜਾ ਕੇ ਖੁਸ਼ਖਬਰੀ ਦੇ ਤੂੰ ਕਲਮਾ ਪੜ੍ਹਿਆ ਹੈ ਮੇਰਾ ਤੇ ਮੇਰੇ ਯਾਰ ਦਾ ਮੈਂ ਤੇਰੀ ਵੀ ਬਖਸ਼ਿਸ਼ ਕਰ ਦਿੰਦੀ ਹੈ ਤੇਰੇ ਬਾਪ ਦੀ ਵੀ ਬਖਸ਼ਿਸ਼ ਤੇਰੀ ਵੀ ਬਖਸ਼ਿਸ਼ ਕਰ ਦਿੰਦੀ ਹੈ ਤੇਰੇ ਬਾਪ ਦੀ ਵੀ ਬਖਸ਼ਿਸ਼ ਕਰ ਦਿੰਦੀ ਹੈ ਖੁਸ਼ਖਬਰੀ ਦੇ ਦੇ ਉਹ ਜਦੋਂ ਆਸਮਾਨ ਵਾਲਾ ਫਰਿਸ਼ਤਾ ਜ਼ਮੀਨ ਵਾਲੇ ਨੂੰ ਬੇਤਰ ਤੇ ਫਿਰ ਵਾਪਸ ਆ ਜਾਂਦਾ ਹੈ ਆ ਕੇ ਕਾਗਜ਼ ਦਾ ਟੁਕੜਾ ਆ ਕੇ ਉਹ ਪੇਸ਼ ਕਰਦਾ ਇਸ ਬੰਦੇ ਨੂੰ ਨਾ ਪਤਾ ਹੁੰਦਾ ਤੂੰ ਕਲਮਾ ਪੜਿਆ ਸੀ ਤੂੰ ਜ਼ਮੀਨ ਤੇ ਬਹਿ ਕੇ ਕਲਮਾ ਪੜਿਆ ਸੀ ਅਰਸ਼ਾ ਵਾਲੇ ਨੇ ਤੇਰੀ ਮਾਫ਼ਰ ਦੀ ਦੁਆਵਾਂ ਪੈ ਕਰਦੇ ਅਰਸ਼ਾ ਵਾਲੇ ਨੇ ਤੇਰੀ ਮਾਫ਼ਰ ਦੀਆਂ ਦੁਆਵਾਂ ਪੈ ਕਰਦੇ ਨੇ ਕਬਲੀ ਵਾਲੇ ਦੇ ਦੀਵਾਨੇ ਹੋ ਇਹ ਨਾ ਸੋਚਿਆ ਕਰੋ ਕਿ ਇਹ ਸਾਡਾ ਬਾਪ ਗਰੀਬ ਹੈ ਮਜ਼ਬੂਰੀ ਕਰਦਾ ਹੈ ਇਹ ਫਲਾਂ ਦਾ ਬਾਪ ਬੜਾ
ਕਿ ਜੇ ਗੱਡੀ ਹੁੰਦੀ ਖਰਾਬ ਹੁੰਦਾ ਜੇ ਹੁੰਦਾ ਤੇ ਇਹ ਹੁੰਦਾ ਪਾਪ ਦਾ ਅਭੇਦ ਹੋਣਾ ਨਹੀਂ ਪਾਪ ਦਾ ਗਰੀਬ ਹੋਣਾ ਨਹੀਂ ਬਲਕਿ ਪਾਪ ਦਾ ਸਿਰਜੇ ਹੋਣਾ ਸਭ ਤੋਂ ਵੱਡੀ ਦੌਲਤ ਹੈ ਜਿਹਨਾਂ ਦੇ ਵਾਲਿਆ ਦੁਨੀਆਂ ਤੋਂ ਟੁੱਟ ਗਏ ਨੇ ਉਹਨਾਂ ਦੇ ਕੋਲ ਪੁੱਛੋ ਜਿਹਨਾਂ ਦਾ ਬਾਪ ਦੁਨੀਆਂ ਤੋਂ ਨਹੀਂ ਉਹਨੂੰ ਪੁੱਛੋ ਜਿਹੜੀ ਮਾਂ ਦੁਨੀਆਂ ਤੋਂ ਨਹੀਂ ਉਹਨੂੰ ਪੁੱਛੋ ਜਿਹਨਾਂ ਦੇ ਦੋਨੋਂ ਨਹੀਂ ਉਹਨਾਂ ਨੂੰ ਪੁੱਛ ਕੇ ਕਦਰ ਸਾਨੂੰ ਆ ਕੇ ਚੁੰਗੀ ਕੋਈ ਮੌਲਵੀ ਹੋਵੇ ਕੋਈ ਨਾ ਹੋਵੇ ਆਖੇ ਬਸ ਮੈਂ ਮਾਂ ਦੀ ਸ਼ਾਨ ਸਾਡੀ ਨਾ ਨਾ ਮਾਂ ਦੀ ਸ਼ਾਨ ਸਾੜੀ ਜਿੱਥੇ ਮਾਂ ਦੀ ਸ਼ਾਨ ਸਾੜੀ ਨਾ ਤਾਂ ਬਾਬੇ ਦੀ ਵੀ ਸ਼ਾਨ ਸਾੜੀ ਇੱਥੇ ਨਵੇਂ ਮਾਸਾ ਮੇਮਰ ਦੇ ਤਸ਼ੀਰ ਫਰਮਾ ਹੋਵੇ ਜਬਰੀਲ ਆ ਗਿਆ ਸਰਕਾਰ ਨੇ ਤਿੰਨ ਵਾਰੀ ਆਖੇ ਆਮੀਨ 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 ਪੜੇ ਬਰਬਾਦ ਹੋ ਜੇ ਸਰਕਾਰ ਨੇ ਫਰਮਾਇਆ ਆਮੀਨ ਫਿਰ ਗੱਲ ਗਈ ਰੋਜ਼ਿਆਂ ਦਾ ਮਹੀਨਾ ਪਾਲ ਤੁਹਾਡਾ ਨਾਮ ਸੁਣੇ ਤੁਹਾਡੀ ਜਾਨ ਤੇ ਦਰੂਦ ਨਾ ਪੜੇ ਉਹ ਵੀ ਬਰਬਾਦ ਹੋ ਹਲਾਕ ਹੋ ਜਾਵੇ ਸਾਹਮਣੇ ਨਾਮ ਪਿਆ ਜਾਏ ਦਰੂਦ ਨਾ ਪੜੇ ਪਰਮਾ ਤੋਂ ਹਲਾਕ ਹੋ ਕੇ ਫਰਮਾਇਆ ਆਮੀਨ ਤੀਸਰੀ ਗੱਲ ਫਰਮਾਇਆ ਜਿਹੜਾ ਆਪਣੇ ਵਾਲਿਦੈਨ ਨੂੰ ਪਾਲ ਲਵੇ ਆਪਣੇ ਵਾਲਿਦੈਨ ਨੂੰ ਪਾਲੇ ਉਹਨਾਂ ਦੀ ਇੱਜ਼ਤ ਨਾ ਕਰੇ ਉਹ ਵੀ ਬਰਬਾਦ ਹੋ ਹਲਾਕ ਹੋ ਜਾਵੇ ਸਰਕਾਰ ਨੇ ਫਿਰ ਫਰਮਾਇਆ ਆਮੀਨ ਅੱਜ ਮੇਰੀ ਤਬੀਅਤ ਥੋੜ੍ਹੀ ਜਿਹੀ ਔਖੀ ਪਰ ਥੋੜ੍ਹੇ ਜਿਹਾ ਮੁਸ਼ਕਲ ਪੈਦਾ ਹੋ ਗਿਆ ਤੋ ਵੀ ਹੁੰਦੇ ਨਹੀਂ ਰਾਮਾ ਸ਼ੋਰਮਾਈਏ ਪੜ੍ਹਦਾ ਬੰਦਾ ਖੁਦਾ ਕਦੀ ਗੌਰ ਕਰਕੇ ਵੀ ਅੱਜ ਤੂੰ ਬਾਬਾ ਬਣਿਆ ਤੇਰਾ ਪੁੱਤਰ ਤੇਰਾ ਕਹਿਣਾ ਨਾਮ ਬਣੇ ਤੇ ਕਿੰਨਾ ਦੁੱਖ ਲੱਗਦਾ ਜਾਂ ਨਹੀਂ ਬੰਦੇ ਬੜੇ ਖੁਸ਼ੀ ਨਾਲ ਬੈਠੇ ਨੇ ਬਈ ਹਾਂ ਦੁੱਖ ਲੱਗਦਾ ਜਾਂ ਨਹੀਂ ਜੇਕਰ ਤੂੰ ਆਪਣੇ ਵਾਲਿਦੈਨ ਦੀ ਗੱਲ ਨਾ ਮੰਨੇ ਤੇ ਤੇਰੇ ਵਾਲਿਦੈਨ ਨੂੰ ਦੁੱਖ ਲੱਗੇਗਾ ਜਾਂ ਨਹੀਂ ਤੇਰੇ ਵਾਲਿਦੈਨ ਨੂੰ ਦੁੱਖ ਲੱਗੇਗਾ ਕਿ ਨਹੀਂ ਤੇਰੀ ਔਲਾਦ ਤੇਰੀ ਗੱਲ ਨਾ ਮੰਨੇ ਤੇਰੋ ਦੁੱਖ ਲੱਗਦਾ ਹੈ ਤੇ ਤੂੰ ਆਪਣੇ ਵਾਲਿਦੈਨ ਦੀ ਗੱਲ ਨਾ ਮੰਨੇ ਤੇਰੇ ਵਾਲਿਦੈਨ ਨੂੰ ਦੁੱਖ ਨਹੀਂ ਲੱਗਣਾ ਕਮਲੀ ਵਾਲੇ ਦੇ ਦਿਲ ਰਹੇ ਹੋ ਵਾਲਦ ਦੀ ਵੀ ਸ਼ਾਨ ਨੇ ਮਾਂ ਦੀ ਵੀ ਸ਼ਾਨ ਨੇ ਇਹਨਾਂ ਦੋਨਾਂ ਨੂੰ ਨਖੇੜਨਾ ਨਹੀਂ ਸਾਨੂੰ ਕਮਲੀ ਵਾਲੇ ਨੇ ਹੁਕਮ ਦਿੱਤਾ ਹੈ ਕਿ ਮੰਨੋ ਇਹਨਾਂ ਦੀ ਇੱਜ਼ਤ ਕਰੋ ਰੱਬ ਵੀ ਆਉਂਦਾ ਹੈ ਇਹਨਾਂ ਦੇ ਤੇ ਅਹਿਸਾਨ ਕਰੋ ਇਹਨਾਂ ਨਾਲ ਉਸਨੇ ਸਲੂਕ ਕਰੋ ਸਾਡਾ ਵੀ ਹੱਕ ਬਣਦਾ ਹੈ ਅਸੀਂ ਵੀ ਉਸੇ ਤਰੀਕੇ ਨਾਲ ਹੀ ਇਹਨਾਂ ਦਾ ਅੱਛਾ ਵਰਤਾਓ ਕਰੀਏ ਇਹਨਾਂ ਨੂੰ ਅੱਛੇ ਕੱਪੜੇ ਵੇਲਾ ਯਾਦ ਜਿਸ ਵਕਤ ਅਸੀਂ ਛੋਟੇ ਹੁੰਦੇ ਸਾਂ ਅਸੀਂ ਕੋਈ ਚੀਜ਼ ਮੰਗਣੀ ਬਾਪ ਦੇ ਕੋਲੋਂ ਜਾਂ ਮਾਂ ਦੇ ਕੋਲੋਂ ਸਾਨੂੰ ਉਹਨਾਂ ਨੇ ਅਤਾ ਕਰਨੀ ਜੋ ਮਰਜ਼ੀ ਹੁੰਦਾ ਸੀ
ਈਦ ਗੁਜ਼ਰੀ ਹੈ, ਤੁਸੀਂ ਆਪਣੀ ਜ਼ਿੰਦਗੀ ਤੋਂ ਪੜ੍ਹ ਕੇ ਵੇਖ ਲਓ ਕਿ ਜਦੋਂ ਈਦ ਗੁਜ਼ਰੀ ਅਸੀਂ ਕੱਪੜੇ ਪਾਏ ਜਾਂਦੇ ਕਿ ਆਪਣੇ ਬੱਚਿਆਂ ਵਾਸਤੇ ਲਏ ਜਾਂਦੇ, ਆਪਣੇ ਬੱਚਿਆਂ ਵਾਸਤੇ ਜੁੱਤੀ ਲਈ ਜਾਂਦੇ, ਇਸ ਵਾਸਤੇ ਲਈ ਕਿ ਸਾਡੇ ਬੱਚੇ ਨੇ ਦੂਸਰਿਆਂ ਵੱਲ ਵੇਖ ਕੇ ਇਹ ਲਹਿ ਰਾਜਾ ਇਹ ਰਾਜਾ ਦੇ ਰੰਗ ਦੇ ਲੋਕ ਜੀ ਸਾਨੂੰ ਮਿਲਿਆ ਕੁਛ, ਫਲਾਣੇ ਦੇ ਕੱਪੜੇ ਵੀ ਸੋਹਣੇ, ਜੁੱਤੀ ਵੀ ਸੋਹਣੀ, ਹਰ ਮਾਂ ਬਾਪ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੀ ਔਲਾਦ ਨੂੰ ਸੋਹਣਾ ਬਣਾਵਾਂ, ਸੋਹਣੇ ਕੱਪੜੇ ਲੈ ਲਵਾਂ, ਲੇਕਿਨ ਉਹ ਆਦਤ ਖਤਮ ਨਹੀਂ ਕਰਦਾ। ਵਜੂਹਾਤ ਉਹਦੀ ਕੀ ਹੈ ਕਿ ਅਸੀਂ ਆਪਣੇ ਮਾਂ ਬਾਪ ਦੀ ਕਦਰ ਨਹੀਂ ਕੀਤੀ, ਅਸੀਂ ਆਪਣੇ ਮਾਂ ਬਾਪ ਦੀ ਕਦਰ ਕਰਾਂਗੇ ਤੇ ਕੱਲ੍ਹ ਸਾਡੀ ਔਲਾਦ ਵੀ ਸਾਡੀ ਕਦਰ ਕਰੇਗੀ। ਬੰਦਾ ਖੁਦਾ ਵਾਲਿਆਂ ਨੂੰ ਬਣਾ ਪਿਆਰੀ ਛਾਂ ਹੈ, ਬੜਾ ਪਿਆਰਾ ਬੂਟਾ ਹੈ, ਇਹ ਸਾਡੇ ਕੋਲ ਹੈ ਤੇ ਸਭ ਕੁਝ ਹੈ, ਇਹ ਨਹੀਂ ਤੇ ਕੁਝ ਵੀ ਨਹੀਂ। ਇੱਕ ਗੱਲ ਹੋਰ ਮਜ਼ੇ ਦੀ ਲੱਗਿਆ ਪਿਆ, ਜੁਗਲਾ ਬੜਾ ਪਿਆਰਾ ਹੈ, ਗੁਲਾਬ ਦਾ ਫੁੱਲ ਜਾਂ ਕਲੀ ਦਾ ਫੁੱਲ ਇਹਨੂੰ ਤੋੜ ਕੇ ਅਸੀਂ ਦਈਏ ਪਰ ਸੁੱਕ ਜਾਵੇ, ਸੁੱਕ ਦਾ ਸੁੱਕ ਜਾਂਦਾ ਹੈ ਪਰ ਵਿੱਚੋਂ ਖੁਸ਼ਬੂ ਨਹੀਂ ਜਾਂਦੀ, ਵਿੱਚੋਂ ਉਹਦੇ ਖੁਸ਼ਬੂ ਨਹੀਂ ਜਾਂਦੀ, ਕਲੀ ਚੁੱਕ ਲਓ ਸੁੱਕੀ ਹੋਈ ਕਲੀ ਵਿੱਚ ਖੁਸ਼ਬੂ ਹੈ, ਗੁਲਾਬ ਨੂੰ ਚੁੱਕ ਲਓ ਫੈਰੀ ਵਿੱਚ ਖੁਸ਼ਬੂ ਹੈ, ਮਾਂ ਬਾਪ ਦੁਨੀਆਂ ਤੋਂ ਟੁੱਟ ਜਾਂਦੇ ਨੇ। ਬੰਦਾ ਇਹਦਾ ਜੁਗਲਾ ਲੱਗਿਆ ਦੇ, ਮਾਂ ਬਾਪ ਦੁਨੀਆਂ ਤੋਂ ਟੁੱਟ ਜਾਂਦੇ ਨੇ ਪਰ ਔਲਾਦ ਦਾ ਦੁੱਖ ਕਬਰ ਵਿੱਚ ਵੀ ਜਾ ਕੇ ਨਹੀਂ ਆਸੂ ਹੁੰਦਾ ਜਿਹੜਾ ਯਾਦੇ ਮੁਸਤਫਾ ਦੇ ਅੰਦਰ ਨਿਕਲੇ, ਗੱਲ ਦਿਲ ਦੇ ਵਿੱਚ ਵੜੇ ਤੇ ਫਿਰ ਨਿਕਲੇ, ਮਿੱਟੀ ਦੀ ਕੱਲ ਉਹ ਗੱਲ ਸੌਣ ਦਾ ਫਾਇਦਾ ਕੋਈ ਨਹੀਂ, ਸੁਭਾਨ ਅੱਲਾਹ ਦੀ ਚੱਲ ਮਾਰੋ ਸੌਣ ਦਾ ਵੀ ਫਾਇਦਾ ਕੋਈ ਨਹੀਂ, ਸੌਣ ਦਾ ਮੌਕਾ ਹੋ ਗਿਆ, ਆ ਕਮਰੇ ਵਾਲੇ ਦੇ ਦਿਮਾਗ ਵਿੱਚ ਸੋਚਦਾ ਦੇ ਗੁਲਾਮੋ, ਅੱਜ ਆਪਣੇ ਵਾਲੇ ਦੇਣ ਦੀ ਕਰਦ ਕਰ ਲਓ, ਅੱਜ ਵਾਲੇ ਦੇਣ ਦੀ ਕਦਰ ਕਰਾਂਗੇ ਤੇ ਕੱਲ ਸਾਡੀ ਵੀ ਸਾਡੀ ਉਹਨਾਂ ਦਾ ਕਦਰ ਕਰਨਗੀਆਂ, ਵਿਸ਼ਵਾਸ ਦੇ ਚਿਸ਼ਤੀ ਅੰਦਰ ਪਾਪ ਦੇ ਹੁੰਦਿਆਂ ਫਿਕਰ ਨਾ ਕੋਈ ਤੇ ਪਾਪ ਕਰਦਾ ਵਾਲੀ ਬੱਚਿਆਂ ਬੱਚੇ ਨੇ ਓਏ ਫਲ ਸੁਲਤਾਨ ਦੇ ਗੁਲਾਮ ਆਪਣੇ ਤੇ ਲੈ ਲੈਂਦਾ ਹੈ, ਕੋਈ ਸੁਲਤਾਨ
ਦੇ ਵਿੱਚ ਆਪਣੇ ਦਿਲਾਂ ਲੈਣਾ ਹੈ ਆਪ ਦੇ ਵਾਲੇ ਦੇ ਦਿਲਾਂ ਨੂੰ ਹਲੇ ਵੀ ਅਬਦੁੱਲਾ ਦਾ ਲਾਲ ਪੜ ਦੇ ਜਿਨ੍ਹਾਂ ਨੇ ਪਾਪ ਦੀ ਕਦਰ ਕੀਤੀ ਹੈ ਕਿਵੇਂ ਕਦਰ ਕੀਤੀ ਹੈ ਰਸੂਲਾ ਦੇ ਗੁਲਾਮੋਂ ਤਕਾਜ਼ਾ ਹੈ ਪਾਪ ਦੇ ਅਬਦ ਆਪ ਦਾ ਚੁਕਾ ਹੈ ਵੇ ਹਲੇ ਵੀ ਅਬਦੁੱਲਾ ਬਿਨ ਨੇ ਅਬਦ ਨੂੰ ਮਤਲਬ ਰਸੂਲਾ ਦੇ ਗੁਲਾਮੋਂ ਯਾਨੀ ਤੇਰੇ ਤੇ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਮਾਲ ਦੇ ਉਹ ਨੰਦਾ ਜਦੋਂ ਸ਼ਾਦੀ ਦਾ ਬਤਾ ਆਇਆ ਹੈ ਕਬਰੀ ਵਾਲੇ ਦੇ ਦਿਲਾਂ ਨੂੰ ਉਹਦੇ ਨੇ ਕਿਤਾਬਾਂ ਦੇ ਹਵਾਲੇ ਕਰ ਦੇ ਸਕਦਾ ਰਸੂਲਾ ਦੇ ਗੁਲਾਮੋਂ ਆਪ ਜਿਸ ਵਕਤ ਆਪਣੇ ਬਾਲ ਦੇ ਉਹ ਨੰਦਾ ਜੇ ਅਬਦੁੱਲਾ ਦੇ ਨਾਲ ਆਪਣੇ ਕਬਰ ਕੁੰਦਰ ਦੇ ਨਾਲ ਟੁੱਟਦੇ ਜਾ ਰਹੇ ਨੇ ਟੁੱਟਿਆ ਟੁੱਟਿਆ ਰਸਤੇ ਦੇ ਅੰਦਰ ਇੱਕ ਕਿਤਾਬ ਆਇਆ ਉਹਦਾ ਦੇ ਜਿਹਦਾ ਨਾਮ ਹੈ ਫਾਤਮਾ ਦੀ ਕਿਤਾਬਾਂ ਦੇ ਅੰਦਰ ਆਉਂਦਾ ਹੈ ਰਸੂਲਾ ਦੇ ਗੁਲਾਮੋਂ ਇਹਨੇ ਜਦੋਂ ਹਜ਼ਰਤ ਅਬਦੁੱਲਾ ਨੂੰ ਵੇਖਿਆ ਨੇ ਹਜ਼ਰਤ ਅਬਦੁੱਲਾ ਵੈਸੇ ਵੀ ਬੜੇ ਸੋਹਣੇ ਨੇ ਰਸੂਲਾ ਦੇ ਗੁਲਾਮੋਂ ਫਿਦਾ ਹੋ ਗਈ ਹੈ ਆਦੀ ਨਾਲ ਹੈ ਵੀ ਪਾਕ ਨਾਮ ਨੇ ਕੋਈ ਗੱਲ ਦੌਲਤ ਨਹੀਂ ਜੁੜੀ ਉਹਨਾਂ ਨੇ ਕਿਤਾਬਾਂ ਦੇ ਅੰਦਰ ਆਉਂਦਾ ਹੈ ਇਹ ਪੜ੍ਹੀ ਕੋਈ ਸੀ ਪਿਛਲੀਆਂ ਕਿਤਾਬਾਂ ਦੀ ਆਫਤਾ ਸੀ ਰਸੂਲਾ ਦੇ ਗੁਲਾਮੋਂ ਦੇ ਵਿੱਚ ਜਿਹਨੇ ਪੜ੍ਹਿਆ ਹੋਇਆ ਸੀ ਆਖਰ ਜ਼ਮਾਨ ਵੀ ਗਏ ਮਾਲਦੇ ਮੋਤਰ ਵੀ ਨਿਸ਼ਾਨੀ ਹੋਵੇਗੀ ਉਹਦੇ ਬੰਦੇ ਦੇ ਅੰਦਰ ਆਖਰ ਜ਼ਮਾਨ ਵੀ ਤਾਂ ਨੂਰ ਚਮਕਦਾ ਹੋਵੇਗਾ ਰਸੂਲਾ ਦੇ ਗੁਲਾਮੋਂ ਅੱਲਾਹ ਦੇ ਅਬਦੁੱਲਾ ਦੇ ਸੁਣ ਆਪਣੇ ਪਾਪ ਅਬਦੁੱਲ ਮੁਤਲਬ ਨਾਲ ਤੁਰੇ ਜਾਂਦੇ ਨੇ ਰਸੂਲਾ ਦੇ ਗੁਲਾਮੋਂ ਟੁੱਟੀਆਂ ਟੁੱਟੀਆਂ ਇਸ ਔਰਤ ਦੇ ਕੋਲੋਂ ਗੁਜ਼ਰ ਹੋਇਆ ਇਸ ਔਰਤ ਨੇ ਜਦੋਂ ਵੇਖਿਆ ਕਮੀ ਵਾਲੇ ਦੇ ਦਿਲਵਾਨਿਓ ਫਿਦਾ ਹੋ ਗਈ ਆਂਗੀ ਹੈ ਅਬਦੁੱਲਾ ਮੇਰੇ ਨਾਲ ਸ਼ਾਦੀ ਕਰ ਲਵੋ ਮੇਰੇ ਨਾਲ ਨਿਕਾਹ ਕਰ ਲਵੋ ਹਜ਼ਰਤ ਅਬਦੁੱਲਾ ਨੇ ਬੜਾ ਸੁਹਾਜ ਬਲਾ ਸ਼ਾਨ ਫਰਮਾਇਆ ਹੈ ਹਜ਼ਰਤ ਅਬਦੁੱਲਾ ਫਰਮਾਉਂਦੇ ਨੇ ਮੇਰੇ ਨਾਲ ਮੇਰਾ ਪਾਪ ਹੈ ਮੈਂ ਆਪਣੇ ਪਾਪ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕਦਾ ਮੇਰਾ ਪਾਪ ਜੋ ਹੁਕਮ ਦੇਵੇਗਾ ਮੈਂ ਉਹ ਕਰਾਂਗਾ ਆਪਣੇ ਪਾਪ ਤੋਂ ਬਿਨਾਂ ਮੈਂ ਕੋਈ ਗੱਲ ਨਹੀਂ ਕਰ ਸਕਦਾ ਆਪਣੇ ਪਾਪ ਦੀ ਮਰਜ਼ੀ ਦੇ ਬਰਖਲਾਫ ਨਹੀਂ ਜਾ ਸਕਦਾ ਫਰਮਾਇਆ ਜੋ ਮੇਰਾ ਪਾਪ ਕਰੇਗਾ ਮੈਂ ਉਹ ਬਚ ਕਰਾਂਗਾ ਉਹਨੇ ਸੋ ਹੁੰਦਾ ਵੀ ਨਾਰਾ ਦਿੱਤਾ ਹੈ ਤੇਰੇ ਵਿੱਚ ਕੀ ਗੱਲ ਹੈ ਆ ਜਿਹੜਾ ਮੁਸਤਫਾ ਦੇ ਅੱਬੇ ਦੀ ਪਛਾਣੀ ਦੇ ਅੰਦਰ ਨੂਰ ਹੈ ਇਹ ਮੈਨੂੰ ਮਿਲ ਜਾਵੇ ਕਿਸੇ ਤਰੀਕੇ ਨਾਲ ਮਿਲ ਜਾਵੇ ਰਸੂਲਾ ਦੇ ਗੁਲਾਮੋ ਫਰਮਾਇਆ ਨਾ ਨਾ ਇਹ ਨੂਰ ਉਤਰੀ ਜਾਏਗਾ ਜਿੱਧਰ ਮੇਰਾ ਪਾਪਾ ਆਕੇਗਾ ਇਹ ਨੂਰ ਉਤਰੀ ਜਾਏਗਾ ਜਿੱਧਰ ਮੇਰਾ ਪਾਪਾ ਆਕੇਗਾ ਰਸੂਲਾ ਦੇ ਗੁਲਾਮੋ ਪਰ ਹਜ਼ਰਤ ਅਬਦੁੱਲ ਵਾਹਦਤ ਅਬਦੁੱਲਾ ਨੇ ਫਰਮਾਇਆ ਹੈ ਆਪਣੇ ਪਾਪ ਦੀ ਮਰਜ਼ੀ ਤੋਂ ਖਿਲਾਫ ਕੋਈ ਕੰਮ ਨਹੀਂ ਕਰ ਸਕਦਾ ਮੈਂ ਆਪਣੇ ਪਾਪ ਦੀ ਮਰਜ਼ੀ ਤੋਂ ਬਗੈਰ ਤੇਰੇ ਨਾਲ ਨਿਕਾਹ ਨਹੀਂ ਕਰ ਸਕਦਾ ਆਪਣੇ ਅਬਦੁੱਲਾ ਨੇ ਸਾਨੂੰ ਦੱਸਿਆ ਹੈ ਕੋਈ ਸ਼ਾਦੀ ਕਰਵਾਣੀ ਹੋਵੇ ਕੋਈ ਐਸਾ ਕੰਮ ਹੋਵੇ ਆਪਣੇ ਵਾਲੇ ਦੇ ਦੀ ਰਜ਼ਾ ਵਿੱਚ ਲੈ ਲਿਆ ਜੇ ਅਬਦੁੱਲਾ ਨੇ ਆਪਣੇ ਪਾਪ ਦੀ ਰਜ਼ਾ ਵਿੱਚ ਸ਼ਾਮਲ ਕੀਤੀ ਹੈ ਉਹ ਵੇਖੋ ਰੱਬ ਨੇ ਰੁਤਬਾ ਵੀ ਕੈਸਾ ਦਿੱਤਾ ਹੈ ਰੱਬ ਦੇ ਪੁੱਤਰ ਵੀ ਨਬੀਆਂ ਦਾ ਸਰਦਾਰ ਦੇ ਚੜਿਆ ਹੈ ਕਰੇਗੀ ਅੱਜ ਅਗਰ ਅਸੀਂ ਆਪਣੇ ਬਾਪ ਦੀ ਮਰਜ਼ੀ ਦੇ ਖਿਲਾਫ ਜਾਵਾਂਗੇ ਕੱਲ ਸਾਡੀ ਔਲਾਦ ਵੀ ਸਾਡੀ ਮਰਜ਼ੀ ਦੇ ਖਿਲਾਫ ਜਾਵੇਗੀ ਅੱਜ ਅਸੀਂ ਕੋਈ ਗਲਤ ਕਦਮ ਕਰਾਂ ਚੁੱਕਾਂਗੇ ਕੱਲ ਸਾਡੀ ਔਲਾਦ ਵੀ ਚੁੱਕੇਗੀ ਅਗਰ ਬਾਪ ਘਰ ਦੇ ਅੰਦਰ ਨਮਾਜ਼ ਪੜੇਗਾ ਬਾਪ ਘਰ ਦੇ ਅੰਦਰ ਕੁਰਾਨ ਪੜੇਗਾ ਬਾਪ ਘਰ ਦੇ ਅੰਦਰ ਮੁਸਤਫਾ ਦੀ ਹਦੀਸ ਪੜੇਗਾ ਔਲਾਦ ਵੀ ਉਹੀ ਕੰਮ ਕਰੇਗੀ ਜੋ ਬਾਪ ਕਰੇਗਾ ਜਾਵੇ ਜਾਂ ਬਾਪ ਹੋ ਜਾਵੇ ਜਾਵੇ
ਦੀਵਾਰਾਂ ਨਾਲ ਲੱਗ ਕੇ ਰੋਂਦੇ ਨੇ ਵਿਸ਼ਵਾਸ ਜਦੋਂ ਮੇਰੇ ਸਾਨੂੰ ਲੋਕੀ ਯਕੀਨ ਮੰਨ ਲਗੇ ਯਕੀਨੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਬਾਪ ਦੁਨੀਆਂ ਤੋਂ ਟੁੱਟ ਜਾਵੇ ਮਾਂ ਦੁਨੀਆਂ ਤੋਂ ਟੁੱਟ ਜਾਵੇ ਕਮਲੇ ਵਾਲੇ ਦੇ ਦੀਵਾਰਾਂ ਖੁਸ਼ੀ ਦਾ ਮਾਪਾ ਹੋਵੇ ਹਰ ਬੰਦਾ ਯਕੀਨ ਹਰ ਬੰਦਾ ਕਿਹਾ ਯਕੀਨ ਪ੍ਰਾਣ ਜਾਂ ਸਿਹਤ ਦੀ ਔਲਾਦ ਵੇਖੀ ਹੈ ਕਮਲੇ ਵਾਲੇ ਦੇ ਦੀਵਾਨੇ ਹੋ ਜਦੋਂ ਪੰਦਰਾਂ ਲੋਕਾਂ ਦੇ ਵਿੱਚ ਲੱਗੇ ਦੀਵਾਰਾਂ ਦੇ ਨਾਲ ਲੱਗੇ ਕੋਈ ਪੁੱਛ ਤੈਨੂੰ ਕੀ ਗੱਲ ਹੈ ਅੰਦਰ ਅੱਜ ਮੇਰਾ ਪਾਪ ਵੀ ਬੋਲ ਗਏ ਨੇ ਮੇਰੀ ਮਾਂ ਵੀ ਬੋਲ ਗਈ ਨੇ ਮਜ਼ਾ ਨਹੀਂ ਆਉਣਾ ਇਸ ਮਾਮਲਾ ਤੁਸੀਂ ਆਖੀ ਤਾਂ ਫਿਰ ਮੈਂ ਵੀ ਤੈਨੂੰ ਬੇਜਵਾਬ ਹੋਣਾ
ਰਸਤਾ ਨਜ਼ਰ ਦੀ ਛਾਲ ਮਾਰ ਜਾਵੇ। ਸੁਭਾਨ ਅੱਲਾਹ। ਅੱਜ ਬਾਬੇ ਦੀ ਸ਼ਾਨ ਹੈ ਕਿ ਬਾਬੇ ਬੈਠੇ ਨੇ ਇਹਨਾਂ ਦਾ ਜਨਮ ਨਾਮ ਦਾ ਬਾਬੇ ਵੀ ਬਣ ਗਏ ਸੁਣੀਏ ਅਗਲੇ ਬਾਪ ਦੇ ਕੋਲ ਆ ਗਈਆਂ ਜਦੋਂ ਬਾਪ ਦੇ ਕੋਲ ਆ ਗਈਆਂ ਬਾਪ
ਪਾਈ ਪਾਇਆ
ਜਦੋਂ ਮਾਂ ਬਾਪ ਦੀ ਕਬਰਾਂ ਤੇ ਗਏ ਇੱਕ ਵਾਰੀ ਤਾਂ ਦਿਲ ਵਿੱਚ ਬਹਿ ਗਿਆ ਨਹੀਂ ਕਿ ਸਾਡਾ ਮਾਂ ਬਾਪ ਦਾ ਸ਼ੁਰਾ ਜ਼ਿੰਦਾ ਜਿਵੇਂ ਅਸੀਂ ਇੱਥੇ ਔਲਾਦ ਨੂੰ ਕੀਤੀ ਦਿੱਤੀ ਹੈ ਸਾਡਾ ਮਾਂ ਬਾਪ ਸਾਨੂੰ ਹੀ ਦਿੱਤਾ ਸਾਡਾ ਮਾਂ ਬਾਪ ਸਾਨੂੰ ਹੀ ਦਿੱਤਾ ਆਹ ਕਮਲੇ ਵਾਲੇ ਦਿਲਾਂ ਨੂੰ ਇਹ ਯਤੀਮੀ ਜਿਹੜੀ ਹੈ ਨਾ ਬੜੀ ਬੁਰੀ ਚੀਜ਼ ਹੈ ਬਹੁਤ ਹੀ ਬੁਰੀ ਚੀਜ਼ ਹੈ ਯਤੀਮੀ ਬਹੁਤ ਬੁਰੀ ਚੀਜ਼ ਹੈ ਜੀ ਅੱਜ 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 ਇਨਸਾਨ ਦੇ ਕੋਲ ਗੁਨਾਹ ਸੰਜ਼ਾਬ ਹੋ ਜਾਵੇ ਅਸੀਂ ਕੀ ਆਉਂਦੇ ਹਾਂ ਯਾਰ ਇਹਦਾ ਮਾਂ ਨੀ ਪਿਓ ਨੀ ਜਾਂ ਕਿਸੇ ਕੋਈ ਚੀਜ਼ ਦੇਣੀ ਹੋਵੇ ਅਸੀਂ ਉਹ ਚੀਜ਼ ਜਲਦੀ ਦਿੰਦੇ ਨੇ ਕਿਉਂ ਇਹਦਾ ਬਾਪ ਵੀ ਨਹੀਂ ਇਹਦੀ ਮਾਂ ਵੀ ਨਹੀਂ ਉਹ ਸਮਝ ਨਹੀਂ ਤੇ ਫਿਰ ਉਹ ਚੀਜ਼ ਕਿੱਦਾਂ ਕਰਦਾ ਸਾਨੂੰ ਦੇਗਾ ਕਿਉਂ ਵਾਪਸ ਮਿਲਦੇ ਅਸੀਂ ਬੜਾ ਹੱਥ ਕਰਾਉਂਦੇ ਹਾਂ ਚੀਜ਼ ਤੇ ਜੇ ਮਾਂ ਬਾਪ ਸਿਰ ਤੇ ਹੋਏ ਜਾਂਦੇ ਨੇ ਯਾਰ ਤੇ ਚੁੱਪ ਕੋਈ ਗੱਲ ਨਹੀਂ ਪਿਓ ਵੀ ਬੈਠਾ ਹੈ ਮਾਂ ਵੀ ਬੈਠੀ ਹੈ ਆਪੇ ਹੀ ਦੇ ਚੱਲਣਗੇ ਬਾਬਾ ਤੂੰ ਅੱਜ ਪਿਆਰ ਫਰਮਾਉਂਦਾ ਹੈ ਬੇਟੀ ਆਖਰੀ ਵਾਰ ਪਿਆਰ ਕਰਨਾ ਹੈ
ਆਖਰੀ ਵਾਰ ਜ਼ਿਆਰਤ ਕਰਨਾ ਹੈ ਬਾਬਾ ਜੀ ਸੁਖਤ ਕੋਈ ਵੀ ਮਿਟਾਣੇ ਕਰਬਲਾ ਵਰ ਗਿਆ ਹੈ ਮੇਰਾ ਵੀਰ ਮਰ ਗਿਆ ਸ਼ਹੀਦ ਹੋ ਗਿਆ ਮੇਰਾ ਵੀਰ ਅਸਰ ਗਿਆ ਸ਼ਹੀਦ ਹੋ ਗਿਆ ਮੇਰਾ ਚਾਚਾ ਪਾਸ਼ਾ ਸ਼ਹੀਦ ਹੋ ਗਿਆ ਆਇਆ ਦਾਦ ਵੀਰ ਕਾਸਮ ਗਿਆ ਸ਼ਹੀਦ ਹੋ ਗਿਆ ਬਾਬਾ ਤੂੰ ਵੀ ਚਲਿਆ ਹੈ ਬਾਬਾ ਤੂੰ ਵੀ ਸ਼ਹੀਦ ਹੋ ਗਿਆ ਮੇਰਾ ਬਾਬਾ ਮੇਰੇ ਇੱਕ ਗੱਲ ਦਾ ਜਵਾਬ ਦੇ ਦੇ ਬਾਬਾ ਮੈਂ ਕਿਹਦੇ ਸੀਨੇ ਵਿੱਚ ਲਾ ਕੇ ਸੋਵਾਂਗੀ ਰਸੂਲਾਂ ਦੇ ਗੁਲਾਮੋ ਮੇਰੇ ਹੁਸੈਨ ਦੀਆਂ ਅੱਖੀਂ ਨਿਕਲ ਗਈਆਂ ਨੇ ਮੇਰੇ ਹੁਸੈਨ ਦੇ ਇਲਾਵਾ ਪਾ ਕੇ ਆਪਣੀ ਬੇਟੀ ਨੂੰ ਸੀਨੇ ਨਾਲ ਲਾਇਆ ਹੈ ਬੇਟੀ ਨਾਲ ਪਿਆਰ ਕਰ ਰਹੇ ਨੇ ਫਰਮਾਇਆ ਬੇਟੀ ਰੋਣ ਦਾ ਵੇਲਾ ਨਹੀਂ ਬੇਟੀ ਜੁਦਾਈ ਦਾ ਵੇਲਾ ਹੈ ਪਰ ਸਬਰ ਕਰਨਾ ਹੈ ਬੇਟੀ ਸਬਰ ਕਰਨਾ ਹੈ ਕਬਰੇ ਵਾਲੇ ਦੇ ਦਿਲਾਂ ਦੀਆਂ ਹਜ਼ਰਤ ਸੁਕੀਨਾ ਦੇ ਬਾਪ ਦੇ ਸੀਨੇ ਨਾਲ ਲੱਗੀਆਂ ਨੇ ਅੱਜ ਕਿਤੇ ਬਾਬਾ ਇੱਕ ਗੱਲ ਯਾਦ ਆ ਗਈ ਹੈ ਤੁਸ਼ਮਾ ਫਰਮਾਇਆ ਬੇਟੀ ਕੁਛ ਕੋਈ ਪੁੱਛਣਾ ਚਾਹੁੰਦੀ ਹੈ ਅੱਜ ਕਿਤੇ ਪਾਪਾ ਹੁੰਦੇ ਕੀ ਯਕੀਨ ਕਿਨੂੰ ਆਉਂਦੇ ਨੇ ਬਾਬਾ ਨੂੰ ਕੀ ਯਕੀਨ ਕਿਨੂੰ ਆਉਂਦੇ ਨੇ ਹੁਸੈਨ ਦੀ ਬੇਟੀ ਇਹ ਬੱਬੇ ਸੁਣ 6 ਜਾਂ 7 ਸਾਲ ਹੈ ਆਪਣੇ ਬਾਪ ਦੇ ਸੀਨੇ ਨਾਲ ਲੱਗ ਕੇ ਪੁੱਛਿਆ ਬਾਬਾ ਨੂੰ ਕੀ ਯਕੀਨ ਕਿਨੂੰ ਆਉਂਦੇ ਜਦੋਂ ਬੇਟੀ ਦੀ ਗੱਲ ਸੁਣੀਏ ਮੇਰੇ ਹੁਸੈਨ ਦੀਆਂ ਵੀ ਨਿਕਲ ਗਈਆਂ ਮੇਰੇ ਹੁਸੈਨ ਨੇ ਫਰਮਾਇਆ ਬੇਟੀ ਥੋੜੀ ਦੇਰ ਤੋਂ ਬਾਅਦ ਲੋਕੀ ਤੈਨੂੰ ਸ਼ਕੀਮ ਆਖਣਗੇ ਕਰਬਲਾ ਹੈ ਉਹ ਵੀ ਦਰਜ ਨਹੀਂ ਹੋਵੇਗੀ ਆਸਾਨ
ਆਸਮਾਨ ਦੇ ਫਰਿਸ਼ਤੇ ਵੀ ਰੋਣ ਲੱਗ ਪਏ ਹੋਣਗੇ, ਆਸਮਾਨ ਦੀਆਂ ਬੂਹਾਂ ਵੀ ਰੋਣ ਲੱਗ ਪਈਆਂ ਹੋਣਗੀਆਂ। ਲੋਕੋ ਮੇਰਾ ਹੁਸੈਨ ਸ਼ਹੀਦ ਹੋਇਆ ਹੈ, ਹਜ਼ਰਤ ਸਕੀਨਾ ਰਸੂਲਲਾ ਦੇ ਗੁਲਾਮ ਜਦੋਂ ਪਾਪ ਨਾਲ ਸ਼ਹਾਦਤ ਦਾ ਪਤਾ ਚੱਲਿਆ ਹੈ, ਕਰਵਾ ਪਾਪ ਜਦੋਂ ਤੁਰ
ਕਦਮ ਤੁਸੀਂ ਬਾਅਦ ਵਿੱਚ ਦੁਆ ਕਰਨੀ ਹੈ ਮੌਲਾ
ਮੈਂ ਤੇ ਰਾਜ਼ੀ ਹੋ ਗਿਆ, ਉਹਦੇ ਵਾਲੇ ਤੋਂ ਵੀ ਰਾਜ਼ੀ ਹੋ ਗਿਆ, ਆਸ਼ਰਮ ਵਾਲੇ ਤੋਂ ਵੀ ਰਾਜ਼ੀ ਹੋ ਗਿਆ। ਅਗਰ ਤੇਰਾ ਬਾਪ ਰਾਜ਼ੀ ਹੈ ਤਾਂ ਰੱਬ ਵੀ ਰਾਜ਼ੀ ਹੈ। ਇਸ ਵਾਸਤੇ ਤੇਰੇ ਬਾਪ ਦੀ ਕਦਰ ਕਰੋ, ਮਾਂ ਦੀ ਕਦਰ ਕਰੋ। ਅੱਲਾਹ ਰੱਬੁਲ ਆਲਮੀਨ ਸਭ ਨੂੰ ਮਾਂ ਬਾਪ ਦੀ ਕਦਰ ਕਰੇ।